ਪੰਜਾਬ ਲਾਈਵ ਨੰਬਰ 1 ਦੇ ਜਰੀਏ ਇਸ ਕਬੱਡੀ ਦੇ ਨਜ਼ਾਰੇ ਤੱਕਦੇ ਆ। ਉਧਰਲੇ ਬੰਨੇ ਪਾਲ ਰਾਜ ਜੀ ਉਹ ਮੈਚ ਨੂੰ ਤੱਕਦਾ ਰਿਹਾ, ਮਹਾਰਾਜ ਬੈਠਾ ਸਾਹਮਣੇ ਦੇਖਦੇ ਵੀ ਕਬੱਡੀ ਦੇ ਖੇਡ ਬਣਾ ਜੀ ਵੀਰ ਦੀ ਬੜਾ ਪਿੱਛੇ ਹਟ ਜਾਓ, ਆਏ ਗੱਭਰੂ ਪੜਾਣੇ ਪਿੰਡ ਦਾ ਗੋਰਾ ਸਾਹਮਣੇ ਦੇਖਦੇ ਆ, ਭਾਵੇਂ ਮਰੂੜ ਦੇ ਗੋਰੇ ਦੀ ਗੱਲ ਭਾਵੇਂ ਇਸ ਖਿਡਾਰੀ ਦੀ ਭਾਵੇਂ ਬਗੇ ਪੜਾਣੇ ਦੀ। ਉਧਰਲੇ ਬੰਨੇ ਦੇਖਦੇ ਆ ਕਰ ਅੰਬੀ ਨੂੰ ਚੇਤ, ਦੁਨੀਆ ਬਾ ਮਾਰਦੀ ਯਾਰਾਂ ਵਿੱਚ ਮਸਾ ਆ ਗਈ ਤਲਵੰਡੀ ਦੇ ਹਲਾਂ ਦੀ ਟੀਮ। ਆ ਮੈਚ ਦਰਸ਼ਕਰੋ ਬਾਹਰ ਤੱਕ ਹੋਣਾ, ਪਾਣੀ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦੋ ਜੀ। ਆ ਮੈਚ ਬਹੁਤ ਤਕੜਾ ਹੋਣਾ ਹੈ, ਜਿਹੜੇ ਵੀਰ ਜੰਗਲੇ ਦੇ ਅੰਦਰ ਬੈਠ ਕਿਰਪਾ ਕਰਕੇ ਹੌਲੀ ਹੌਲੀ ਬਾਹਰ ਨਿਕਲ ਜਾਓ, ਖੜਾਈਆਂ ਤੋਂ ਬਿਨਾਂ ਜਿਹੜੇ ਵੀਰ ਜੰਗਲੇ ਦੇ ਅੰਦਰ ਬਹਿ ਗਏ ਹੈ ਕਿਰਪਾ ਕਰਕੇ ਹੌਲੀ ਬਾਹਰ ਚਲੇ ਜਾਓ। ਚੱਲ ਵੀ ਨੌਜਵਾਨ ਉਧਰਲੇ ਬੰਨੇ ਹਰਜੀਤ ਗਿੱਲ ਜੀ ਕੈਨੇਡਾ, ਉਹ ਵੀ ਪੰਜਾਬ ਲਾਈਵ ਨੰਬਰ 1 ਦੇ ਜ਼ਰੀਏ ਜੁੜੇ ਇਸ ਕਬੱਡੀ ਨਾਲ। ਕਿਰਪਾ ਕਰਕੇ ਜਿਹੜੇ ਵੀਰ ਕੋਲੇ ਖਿਡਾਰੀਆਂ ਦੇ ਪੈਸੇ ਹੈ ਉਹ ਦੇ ਦਿਓ ਜੀ, ਉਧਰਲੇ ਬੰਨੇ ਪੁੱਛ ਲਓ ਬਾਈ ਨੂੰ ਜਾਂ ਬਾਈ ਗੁਰਦੀਪ ਪੁੱਛ ਲਓ ਵੀ ਜਿਹਦੇ ਕੋਲੇ ਟੀਮਾਂ ਦੇ ਪੈਸੇ ਹੈ ਉਹ ਦਿਓ, ਕਿਉਂਕਿ ਖਿਡਾਰੀਆਂ ਦਾ ਪੈਸਾ ਨਹੀਂ ਫੜਦਾ। ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਖਿਡਾਰੀਆਂ ਪੈਸੇ ਡਾਇਰੈਕਟ ਖਿਡਾਰੀਆਂ ਨੂੰ ਦੇ ਦਿਓ ਕਿਰਪਾ ਕਰਕੇ, ਕਿਉਂਕਿ ਕਬੱਡੀ ਖੇਡਣੀ ਬੜੀ ਔਖੀ ਹੈ, ਕਿਉਂਕਿ ਇਹ ਜਿਹੜੀ ਹੈ ਹੱਕ ਸੱਚ ਦੀ ਕਮਾਈ ਹੈ, ਜਿਹੜਾ ਖਾ ਲੈਂਦਾ ਉਹਦਾ ਸਿੱਧਾ ਕਹਿੰਦੇ ਵੀ ਨਰਕਾਂ ਨੂੰ ਰਾਹ ਬਣ ਜਾਂਦਾ ਹੈ, ਕਿਉਂਕਿ ਭਾਵੇਂ 50 ਦੀ ਤੇ ਭਾਵੇਂ 100 ਦੀ। ਅਗਲੇ ਰੈਫਰੀ ਪੁੱਜਾ ਜੀ ਕਿਰਪਾ ਕਰਕੇ, ਜਿੰਨੇ ਵੀ ਇਸ ਨਗਰ ਦੇ ਪ੍ਰਵਾਸੀ ਵੀਰ ਅੱਜ ਪੰਜਾਬ ਲਾਈਵ ਨਰਵਾਨ ਦੇ ਜਿਹੜੇ ਜੁੜੇ ਅਸੀਂ ਧੰਨਵਾਦ ਕਰਦੇ ਹਾਂ। ਉਧਰਲੇ ਬਲਕਾਰ ਸਿੰਘ ਜੀ ਸਰਾਹ ਕਹਿੰਦੇ ਵੀ ਵਕੀਲਾਂ ਵਾਲਾ ਪੁੱਜ ਗਿਆ, ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ। ਸੁਖਰੇਵ ਸਿੰਘ ਜੀ ਸਰਪੰਚ ਆਈ ਪਿੰਡ ਦੇ ਕੱਢੀ ਮਾਣ ਵਾਲੀ ਗੱਲ ਹੈ। ਉਧਰਲੇ ਕਬੱਡੀ ਦੇ ਖੇਡ ਮੈਦਾਨ ਵਿੱਚ ਸਿੰਧੂ ਤੂਆ ਦਾ ਕਬੱਡੀ ਪਾਉਣਾ, ਕਮੇਟੀ ਵਾਲੇ ਵੀਰਾਂ ਨੂੰ ਬੇਨਤੀ ਨੂੰ ਪਿੱਛੇ ਢਾ ਦਿਓ ਜੀ, ਬੇਨਤੀ ਹੈ ਕੁਲਦੀਪ ਸਿੰਘ ਜੀ ਆ ਵੀਰਾਂ ਨੂੰ ਪਿੱਛੇ ਕਰ ਦਿਓ, ਜਸਵਿੰਦਰ ਜੀ ਆ ਜਿਹੜੇ ਵੀਰ ਮੂਹਰੇ ਬੈਠੇ ਆ। ਉਧਰਲੇ ਬੰਨੇ ਆ ਗੱਭਰੂ ਕਹਿੰਦੇ ਵੀ ਮਾਰੇ ਪਿੰਡ ਦਾ ਸਮਾਂ ਜਮ ਨਹੀਂ ਲਾ ਸਕਿਆ ਤੇ ਪੁਆਇੰਟ ਬੜਾ ਕੀਤੀ ਹੈ, ਜਦ ਵੀ ਨੌਜਵਾਨ ਥੋੜੀ ਸੱਟ ਕਰਦਾ ਅੱਖ ਦੇ ਵਿੱਚ ਮਿੱਟੀ ਪਈ ਹੈ ਬਾਜੇ ਮਿਲਣ ਦੇ ਬੈਠਾ ਕੋਸਦਾ ਮਾਨੂੰ। ਆ ਵੀ ਨੌਜਵਾਨ ਪਾ ਕਬੱਡੀ ਬੋਰੀਆਂ ਚੋੜੀਆਂ ਤੇ ਰੱਸੇ ਬੜੇ ਆ, ਤਾੜ ਦੇ ਦੁੱਧ ਪੀਤਾ ਲੜਾਈ ਸੇ ਕੱਢਿਆ, ਮੱਲਣ ਦੇ ਮੁੰਡੇ ਦਾ ਬੰਦਾ ਛੋੜਦਾ ਨਹੀਂ ਫੜਿਆ। ਆ ਗੱਭਰੂ ਕਹਿੰਦੇ ਦੇਖੋ ਦਰਸ਼ਕੋ ਵਾਹ ਗੱਭਰੂ ਘੁੱਟ ਕੇ ਸੀਨੇ ਨਾਲ ਆਉਣ ਵਾਲੀ ਗੱਲ ਹੋ ਗਈ ਹੈ, ਵਾਹ ਗੱਭਰੂ ਬੀਕਾ ਨੇ ਕੋ ਬੋਤਲਿਆਂ ਦਾ ਦੇ ਨੋਟ 85 ਕੇ ਬਹਿ ਮਿੱਤਰਾਂ ਦੇ ਉੱਤੇ ਤੇ ਕਿਤੇ ਮਨ ਭਾਉਂਦੀ ਆਖੀ। ਆ ਜਾਫਾ ਬੜੇ ਸਵਾਦ ਦਾ ਸਪੀਰੋ, ਅਗਲੀ ਜੇ ਕਬੱਡੀ ਆਪਣਾਣੇ ਪਿੰਡ ਦਾ ਪਾ ਕਬੱਡੀ ਨੌਜਵਾਨਾ, ਰੱਬ ਮੇਰ ਇਸ ਸੁਪਰ ਸਟਾਰ ਉੱਪਰ ਔਰ ਚੱਲ ਵੀ ਨੌਜਵਾਨਾ ਨਾਲ ਤੇ ਬਰਾਉਂਡ ਦੇ ਰਹਿਣ ਚਿੱਤੇ ਸ਼ੇਰ ਮਾਲਕਾ ਰੱਖੀ ਤੂੰ ਖਿਡਾਰੀਆਂ ਤੇ ਮੇਰ ਮਾਲਕਾ ਮੇਰੇ ਨਾਲ ਖਿਡਾਰੀਆਂ ਦੇ ਉੱਪਰ। ਉਧਰਲੇ ਬੰਨੇ ਦੇਖਦੇ ਆ ਇੱਕ ਰੇਡਰ ਵੇਖਿਆ ਗੱਲੂ ਪੜਾਣੇ ਦਾ ਜਗਵੀਰ ਤਰੋ, ਅੰਮ੍ਰਿਤ ਵੇਲੇ ਦੇ ਪਹਿਲੇ ਪੈਰ ਵਾਲਾ ਜਾਫੀਆਂ ਦੇ ਕਰਦਾ ਅਟੈਕ ਮਿੱਤੋ 12 ਫੋਰ ਦੀ ਪੱਕੀ ਦੇ ਫੈਰ ਵਰਗਾ, ਆਏ ਗੱਭਰੂ ਹੀਰੋ ਕਬੱਡੀ ਦਾ ਪੜਾਣੇ ਦਾ ਜਗਵੀਰ। ਚੱਲ ਵੀ ਮਾਲੇ ਪਿੰਡ ਵਾਲਾ ਦਲਜੀਤ ਪਾ ਕਬੱਡੀ ਨਾਲ ਨਾ, ਅੱਜ ਅਗਲੀਆਂ ਟੀਮਾਂ ਪੁੱਜੀਆਂ ਤਵੰਡੀ ਭਾਈ ਤੇ ਕੱਲ ਮੈਚ ਬਹੁਤ ਤਗਾ, ਇਹ ਟੀਮਾਂ ਇੱਕ ਸਾਈਡ ਤੇ ਬੈਠ ਪਾਲ ਨੂੰ ਪੂਰੀ ਦੁਨੀਆ ਜਾਣਦੀ ਹੈ, ਕਬੱਡੀ ਦੇ ਯਾਦ ਵਿੱਚ ਵੱਡਾ ਨਾਮ ਹੈ ਦੁਨੀਆ ਦੇ ਵਿੱਚ, ਹਰਮਨ ਪਿਆਰਾ ਖਿਡਾਰੀ ਮੱਧੀ ਧਰਤੀ ਦਾ ਪਾਲ, ਬੱਲੇ ਬੱਲੇ ਕਰਾਉਂਦਾ ਪਾਲ ਜਿੱਥੇ ਜਾਂਦੇ, ਮੱਲੇ ਦਾ ਮੁੰਡਾ ਕਹਿੰਦੇ ਜਫਾ ਟਾਵਾ ਖਾਂਦਾ, ਬੜੀ ਫੁਰਤੀ ਆ ਉਸ ਖਿਡਾਰੀ ਵਿੱਚ, ਭਾਵੇਂ ਅੱਜ ਇਸ ਕਬੱਡੀ ਦੀ ਟੀਮ ਦੇ ਵਿੱਚ ਨਹੀਂ ਪਰ ਆਪ ਮਾਰੇ ਬੋਲਾਂ ਦੇ ਨਾਮ ਆਉਂਦਾ ਹੈ। ਉਧਰਲੇ ਬੰਨੇ ਸਾਡਾ ਵੀਰ ਪਿੰਦਾ ਲੱਖਾਂ ਮਈਆਂ ਵਾਲਾ ਪੜਾ ਦੇ ਜਗਮੀਤ ਲਈ ਵੱਡੇ ਮਾਣ ਸਨਮਾਨ ਭੇਜਦੇ ਆ, ਆ ਲੈ ਲਓ ਜੀ ਪੈਸੇ। ਪਹਿਲਾਂ ਮੈਂ ਕਿਹਾ ਵੀ ਖਿਡਾਰੀਆਂ ਦੇ ਪੈਸੇ ਆਲਮੋਸਟ ਫੜਾਈ ਆ, ਸਿੱਧੇ ਖਿਡਾਰੀਆਂ ਨੂੰ ਦਿਓ ਕਿਰਪਾ ਕਰ। ਵੀ ਕਈ ਜੰਗਲਾਂ ਧੱਕਦੇ ਕਿਰਪਾ ਕਰਕੇ ਜੰਗਲਾਂ ਨੂੰ ਧੱਕੋ, ਤੁਸੀਂ ਖੜੇ ਹੋ ਪਿਆਰ ਸਤਿਕਾਰ ਪਿਆਰ ਸਤਿਕਾਰ ਨਾਲ ਖੜੇ ਹੋ ਕਿਰਪਾ ਕਰਕੇ। ਆ ਜਿਹੜਾ ਰਾਉਂਡ ਹੈ 4 ਮੈਚ ਇਹਦੇ ਹੋਣੇ ਆ, ਅਗਲੇ ਮੈਚ ਕੁੱਲ ਮਿਲਾ ਕੇ 8 ਜੇ ਮੁਕਾਬਲੇ ਹਜੇ ਬਾਕੀ ਆ, 8-9 ਜੇ ਮੈਚ ਆ ਦਰਸ਼ਕੋ, ਫਾਈਨਲ ਤੱਕ ਹੈ ਬਾਕੀ ਹੈ। ਮੇਰੀ ਬੇਨਤੀ ਹੈ ਅਗਲੇ ਮੈਚ ਦੇ ਰੈਫਰੀ ਉਹ ਵੀ ਰਾਉਂਡ ਦੇ ਵਿੱਚ ਪੁੱਜ ਜਾਣ, ਜਸਵੀਰ ਪੈਮਾਈਏ ਪਿੰਡ ਦਾ ਬਿੱਲਾ ਗਾਰਬ ਦਾ ਇਹ ਵੀ ਪੁੱਜ ਜਾਣ। ਲਓ ਮੁਕਾਬਲਾ ਤਲਵੰਡੀ ਭਾਈ ਤੇ ਕੱਲ ਦੇ ਦਰਮਿਆਨ ਖੇਡਿਆ ਜਾ, ਆ ਦੇਖੋ ਜੀ ਇੱਕ ਬੰਨੇ ਦੂਤ ਪਿੰਡ ਦਾ ਗਿਣਤੀ ਕੋਸ਼ਿਸ਼ ਕਰਦਾ ਹੋਇਆ, ਦੁਨੀਆ ਯਾਦ ਕਰਦੀ ਹੈ 2007 ਦੇ ਸਾਲ ਨੂੰ ਜਦੋਂ ਟੋਰਾਂਟੋ ਦੇ ਵਰਡ ਕਬੱਡੀਆਂ ਵਿੱਚ ਦੂਤਾਂ ਦੇ ਗੁਰਜੀਤ ਨੇ ਕੌਡੀ ਪਾਈ। ਉਧਰਲੇ ਬੰਨੇ ਸਵਾਮੀ ਸ਼ੰਕਰਾਪੁਰ ਦੀ ਪਾਵਨ ਪਵਿੱਤਰ ਯਾਦ ਉੱਪਰ ਜਿਹੜਾ ਲੰਗਰ ਚੱਲ ਰਿਹਾ ਚਾਵਲ ਚਾਹ ਪ੍ਰਸ਼ਾਦਾ ਤੇ ਚਾਹ ਦਾ,
ਕੋਡ ਅਨਸਾਰ ਜਾ ਕੇ ਵੀਰ ਤੁਸੀਂ ਛਕਣਾ ਤੇ ਜੰਗਲੇ ਨੂੰ ਕਿਸੇ ਨੇ ਧੱਕਣਾ ਨਹੀਂ। ਮੈਂ ਫਿਰ ਤੋਂ ਧੰਨਵਾਦ ਕਰਾਂ ਪੂਰੀ ਟੂਰਨਾਮੈਂਟ ਕਿੱਟੀ ਦਾ, ਬੱਲੇ ਬੱਲੇ ਕਰਵਾਉਂਦਾ ਜਗਮੀਤ ਜਿੱਥੇ ਜਾਂਦਾ ਏ, ਪੁਰਾਣੇ ਪਿੰਡ ਦਾ ਮੁੰਡਾ ਜਫਾ ਟਾਵਾਂ ਖਾਂਦਾ ਏ। ਆਹ ਦੇਖੋ ਬਹੁਤ ਹੀ ਸੋਹਣਾ ਪੜ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਿਆ, ਡਾਲੇ ਦੇ ਉੱਪਰ ਵੱਡਾ ਹੋਇਆ ਵੀਰ ਇੱਕ ਬੰਨੇ। ਆਹ ਦੇਖੋ ਚੜ੍ਹਦੇ ਸੂਰ ਦੀ ਜਿਹੜੀ ਨਿਸ਼ਾਨੀਆਂ, ਅੱਜ ਮਲਨ ਨੇ ਫਿਰ ਇੱਕ ਗੱਲ ਲਈ ਹੈ, ਮਗਨ ਦੀ ਟੀਮ ਲਈ ਖੇਡਿਆ। ਹੁਣ ਕਹਿਣ ਵੀ ਨੌਜਵਾਨ ਗੱਭਰੂ ਬਠਿੰਡੇ ਦੀ ਟੀਮ ਦੀ ਖੋ ਖੇਡਦਾ ਕਬੱਡੀ ਦੇ ਮੈਚ, ਹਲਕਾ ਜਿਹਾ ਚ ਇਹ ਮੁੰਡੇ ਗਿਆਨੀ ਨਾਲ ਹੈ। ਕੱਲ ਵੀ ਨੌਜਵਾਨਾਂ ਅਗਲੀ ਕਬੱਡੀ ਮੰਨਾ ਪੜਾਣੇ ਪਿੰਡ ਦਾ ਕਬੱਡੀ ਪੰਦ ਲਈ ਵਾਧਾ ਹੋਇਆ ਕਬੱਡੀ ਦੇ ਖੇਡ ਮੈਦਾਨ ਵਿੱਚ। ਗਲੀ ਵਾਲਾ ਵੀਰ ਲੈਣ ਦੇ ਉੱਪਰ ਗਲੀ ਪਾ ਦੇਵੇ, ਗਲੀ ਵਾਲਾ ਵੀਰ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਹੈ, ਗਲੀ ਵਾਲਾ ਵੀਰ ਗੱਲ ਲੈਣਾ ਦੇ ਉੱਪਰ ਗਲ ਪਾ ਦੇਵੇ। ਤਾਂ ਕਹਿੰਦੇ ਮੋਟੇ ਦਾ ਪਿਆਰ, ਕਹਿੰਦੇ ਵੀ ਮਾਲੇ ਵਾਲੇ ਪਾਲਣਾ ਡਾਢਾ ਹੈ, ਉਹ ਵੀਰ ਉਸਦੇ ਸਦੇ ਤੇ ਅੱਜ ਇੱਥੇ ਪੁੱਜਾ। ਚੱਲ ਵੀ ਨੌਜਵਾਨ ਵੱਖ ਵੱਖ ਟੀਮਾਂ ਵਿੱਚ ਵੱਖ ਖਿਡਾਰੀ ਪੁੱਜੇ ਹੈ, ਸਾਰਿਆਂ ਦਾ ਸਤਿਕਾਰ ਹੈ। ਗੁਰਦੀਪ ਸਿੰਘ ਜੀ ਉਧਰਲੇ ਬੰਨੇ, ਜਸਵੀਰ ਸਿੰਘ ਪ੍ਰਧਾਨ ਹੋਰੀ ਸਾਡੇ, ਜਸਵਿੰਦਰ ਵੀਰ ਹੋਈ ਉਧਰਲੇ ਬੰਨੇ, ਸੁਖਦੇਵ ਸਿੰਘ ਜੀ ਸਰਪੰਚ ਗੁਰਨਾ, ਗੁਰਬਾਜ ਸਿੰਘ ਜੀ ਕੱਢੇ ਮੁਬਾਰਕ, ਵੱਡੇ ਮਾਣ ਵਾਲੀ ਗੱਲ ਹੈ। ਇੱਕ ਬੰਨੇ ਤੂਤਾਂ ਦਾ, ਕਹਿੰਦੇ ਵੀ ਜਿਵੇਂ ਮਾਣ ਹੈ ਉਧਰਲੇ ਬੰਨੇ। ਆਹ ਗੱਭਰੂ ਕਹਿੰਦੇ ਵੀ ਪੜਾਣੇ ਪਿੰਡ ਦਾ ਗੋਰਾ, ਘੁੱਟੋ ਪਟਾਕਿਆਂ ਵਿੱਚ ਮਸ਼ਹੂਰ, ਉਧਰਲੇ ਵੱਡਾ ਨਾਮ ਹੈ ਕਬੱਡੀ ਜਗਤ ਵਿੱਚ ਮੱਲ ਦਾ, ਦੁਨੀਆ ਜਾਣਦੀ ਹੈ ਮਾਰੀ ਖੇਡੀ ਕੌਡੀ, ਹਰ ਸਾਹਮਣੇ ਦੇਖਦੇ ਸਤਿਕਾਰ ਵਧਾ ਦਿੱਤਾ ਜਾਂਦਾ। ਕੱਲ ਵੀ ਪੜਾਣੇ ਪਿੰਡ ਵਾਲਿਆ ਪਾ ਕਬੱਡੀ ਜਾਂਦਾ। ਤਲਵੰਡੀ ਪੈਤੇ ਘਾਲਾਂ ਦੀ ਜਿਹੜੀ ਟੀਮ ਹੈ ਅਗਲੇ ਮੈਚ ਲਈ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ। ਬਹਿ ਜਾਓ ਨੌਜਵਾਨ ਹੋ ਕੇ, ਮੇਰੀ ਬੇਨਤੀ ਇਹਨਾਂ ਟੀਮਾਂ ਨੂੰ, ਗੁਲਾਮੀ ਵਾਲੀ ਨੌਜਵਾਨ ਬਹਿ ਜਾਓ ਥੱਲੇ, ਪਨੋਰੀ ਪਿੰਡ ਦੇ ਮੁੰਡੇ ਨੂੰ ਮੇਰੀ ਬੇਨਤੀ ਹੈ, ਜਿੰਨਾ ਚਿਰ ਵੱਡੇ ਵੀਰ ਇਹ ਮੈਚ ਚੱਲਦਾ ਹੈ ਤੁਸੀਂ ਥੱਲੇ ਬਹਿ ਜਾਓ, ਤਾਂ ਕਿ ਦੇਖਣ ਵਾਲੇ ਵੀਰਾਂ ਨੂੰ ਬੜੀ ਦਿੱਕਤ ਆਉਂਦੀ ਹੈ। ਇੱਕ ਸਾਈਡ ਹੋ ਕੇ ਜੋ, ਤਾਂ ਕਿ ਤੁਹਾਡਾ ਸਤਿਕਾਰ ਕੀਤਾ ਜਾਵੇ। ਔਰ ਵੱਡੇ ਜਿਹੜੇ ਮਾਨ ਸਨਮਾਨ ਹੈ ਅੱਜ ਇਸ ਧਰਤੀ ਤੇ ਦਿੱਤੇ ਜਾਣੇ ਹੈ, ਲਓ ਸਾਹਮਣੇ ਦੇਖਦੇ ਹੈ। ਇਹ ਵੀ ਨੌਜਵਾਨ ਹੁਣ ਕੌੜੀ ਆਲੇ ਦਰਜੇ ਦੀ ਖੇਡਦਾ, ਚੱਲ ਵੀ ਨੌਜਵਾਨ ਜਦੋਂ ਤਕੜਾ ਖਿਡਾਰੀ ਹੋ ਜਾਂਦਾ ਹੱਲਾ ਸ਼ੇਰੀਆਂ ਤੇ ਹੌਸਲੇ ਹੁੰਦੇ ਹੈ। ਚੱਲ ਵੀ ਨੌਜਵਾਨ ਹੁਣ ਉਹ ਦਿਨ ਨਹੀਂ ਦੂਰ, ਕਹਿੰਦੇ ਵੀ ਜਦੋਂ ਬੱਲੇ ਬੱਲੇ ਹੋਣੀ ਹੈ ਪੱਲੇਰਾਂ ਦੀ, ਹਰ ਉਤਲੇ ਬੰਨੇ ਹਰਦਿਆਲ ਅੱਜ ਕੌਡੀਆਂ ਜੋੜਦੀਆਂ ਪੈਣੀਆਂ। ਨੌਜਵਾਨਾਂ ਧੱਲੇ ਪਿੰਡ ਦੇ ਚਰਨੇ ਦਾ ਮੁਕਾਬਲਾ ਖੇਡ ਮੈਦਾਨ ਵਿੱਚ ਸਖਤ ਹੈ, ਸਾਂਭੀ ਉੱਠਣਾ ਜਾਂ ਥੋੜੀ ਸੱਟ ਵੱਜੀ ਹੈ, ਥਾ ਇਸ ਵੀਰ ਨੂੰ ਥੋੜੀ ਸੱਟ ਹੈ। ਓਹੋ ਉੱਠ ਤੂਤਾਂ ਵਾਲਿਆ ਪਿਆਰ ਨਾਲ, ਕੋਈ ਨੀ ਥੋੜਾ ਪਿੱਛੇ ਰਹੋ ਯਾਰ, ਥੋੜਾ ਪਿੱਛੇ ਰਹੋ, ਮੇਰੀ ਬੇਨਤੀ ਹੈ। ਇਕੱਠ ਨਹੀਂ ਕਰਨਾ ਕਿਸੇ ਵੀਰ ਨੇ, ਜਿਹੜੀਆਂ ਜਗ੍ਹਾ ਤੁਸੀਂ ਬੈਠੇ ਉੱਥੇ ਬਹਿਣਾ, ਗਰਾਊਂਡ ਦੇ ਵਿੱਚ ਨਹੀਂ ਆਉਣਾ ਕਰ ਪਰ ਗਈ। ਜੇ ਕੋਈ ਅੰਗਾ ਪੈਰਾਂ ਮਾਰ ਹੈ ਉਹ ਗਰਾਊਂਡ ਵਿੱਚ ਪੁੱਜ ਜਾਵੇ। ਪਹਿਲਾਂ ਮੇਰੀ ਬੇਨਤੀ ਹੈ ਤੁਸੀਂ ਗਰਾਊਂਡ ਦੇ ਵਿੱਚ ਬਾਹਰ ਚਲੋ, ਆ ਜਿਹੜੇ ਵੀਰ ਇਹਨਾਂ ਨੂੰ ਬੱਚਿਆਂ ਨੂੰ ਬਾਹਰ ਕਰੋ ਯਾਰ, ਕਿਰਪਾ ਕਰਕੇ ਮੇਰੀ ਬੇਨਤੀ ਯਾਰ, ਪਿੱਛੇ ਚਲੋ। ਪਲੇਟ ਦੀ ਜਾਂਦੀ ਹੋ ਗਈ, ਤੁਸੀਂ ਕਾਗਰ ਦੇ ਉੱਤੇ ਪਿੱਛੇ ਚਲੇ ਜਾਓ, ਕਿਰਪਾ ਕਰਕੇ, ਤੁਹਾਡਾ ਕੋਈ ਗੱਲ ਨਹੀਂ। ਕਿਸੇ ਨੇ ਗਰਾਊਂਡ ਦੇ ਵਿੱਚ ਨਹੀਂ ਆਉਣਾ ਬਿਨਾਂ ਜ਼ਰੂਰਤ ਤੋਂ। ਤਲਵੰਤ ਇਹਨੂੰ ਸਭੋ, ਗੱਡੀ ਦਾ ਪ੍ਰਬੰਧ ਕਰੋ ਕਿਰਪਾ ਕਰਕੇ, ਪਾਸੇ ਚਲੇ ਜਾਓ, ਮੇਰੀ ਬੇਨਤੀ ਹੈ। ਪਿੱਛੇ ਚਲੇ ਜਾਓ, ਔਰ ਮੇਰੀ ਬੇਨਤੀ ਹੈ ਪਹਿਲਾਂ ਮੈਂ ਕਹਾਂਗਾ ਵੀ ਪਰਮਾਤਮਾ ਦੀ ਮਿਹਰ ਰਵੇ ਗਾਈਆਂ ਤੇ। ਆ ਬੜੀ ਦਰਦ ਵਾਲੀ ਗੱਲ ਹੈ, ਤੂਤਾਂ ਦੇ ਸ਼ਿੰਦੂ ਦਾ ਜਿਹੜਾ ਗੇਟਾ ਹੈ ਥੱਲੇ ਜਮ੍ਹਾਂ ਕਰਕੇ ਹੋ ਚੁੱਕਾ ਹੈ। ਕਿਰਪਾ ਕਰਕੇ ਇਹਨੇ ਵੀ ਸਤਿਕਾਰ ਜੋ ਵੀਰ ਪੁੱਜੇ ਹੋ, ਭਾਵਾਂ ਦਸ ਭਾਵਾਂ ਵੀਹ ਭਾਵਾਂ ਪੰਜਾਹ ਭਾਵਾਂ ਸੌ ਤੇ ਭਾਵਾਂ ਹਜ਼ਾਰ, ਆਪਾਂ ਇਸ ਖਿਡਾਰੀ ਦੀ ਜਿਹੜੀ ਹੈਲਪ ਕਰਨੀ ਹੈ, ਮਦਦ ਕਰਨੀ ਹੈ। ਕਮੇਟੀ ਵੱਲੋਂ ਉਹਨਾਂ ਦਾ ਮੇਰੀ ਬੇਨਤੀ, ਕਲਵੰਤ ਪੜਾਣੇ ਨੂੰ ਪੜਾਣੇ ਦੀ ਗੱਡੀ ਦੀ ਚਾਬੀ ਕਰਦਾ ਦੇ ਦਿਓ,
टूरनामेंट कमेटी वालों कमेटी वाले नाल गेड़ा लाओगे पावे उस वीर की मदद करनी है सब पंजाहां नाल कोई फर्क नहीं पैंदा कृपा करके 5000 रुपया जिहड़ा टूरनामेंट कमेटी वालों उस वीर दे लई जिहड़ी इह माली मदद है और तुसी भी दसवीरो सा पंजाबियां पंजाहां नाल इह जिहड़ा तुसी उस वीर दा मान करना है बेनती है मेरी क्योंकि कमेटी वाले वीर नाल चल रहे है ऐसे ओ वीर फड़नगे इहदा तुसी इसरार करना मेरी हाथ जोड़ के बेनती है क्योंकि बड़ा दर्द महसूस होया आ गड्डी दे खेड़ मैदान विच जो अखी वेखीए तो दिल नूं बड़ा दुख लगता है परमात्मा मेहर करे इन्हां खिडारियां कल पुरख वाहिगुरु की मेहर रहे बड़ी दुख वाली गल है अज एक कबड्डी का हीरो जिहदे सट वजी इस कबड्डी के खेड़ मैदान विच ते उहदी तुसीं मदद करनी है मान सम्मान देने है मेरा वीर पिंदा हांगकांग दे लखां मईआं वाला 1000 रुपया साढ़े उस वीर लई इह चाणचक है कुदरती गल है आ लै लो जी 1000 रुपया लखी उहनां नूं दिओ ला जी नाल ही माले की टीम कहती है जे असी एक बड़ी टूरनामेंट जितते हैं तो परमात्मा जानता भी जितना कि नहीं है जे जितने भी जो पूरा प्राइज है वह तूतों के शहीद को दिता जाएगा जे नहीं भी जितते तो भी असं कहते भी जिन योगे हैं वो जी मदद करा और यह भी मान सम्मान है कि मन वाली गल है बहुत मेहरबानी है माले की टीम की और असं धन्यवाद करते हैं क्योंकि जिहड़ी घटना वापर गई आपां नूं मोड़ नहीं सकते आपां उस खिडारी दी मदद कर सकते हैं बाकी परमात्मा की मेहर रहो उस वीर ते जल्दी खेडो कबड्डी दे खेड मैदान पुजेगा और अगर जिहड़ा कबड्डी दा मैच है स्पीरो कबड्डी दे मैदान विच आ जिहड़ा होना है तरवंडी भाई ते कल्लां दा जवीर फौजी भैणी पिंड दा बिल्ला गालब दा वीर ग्राउंड विच आ जाणा ਉਧਰਲੇ ਬੰਦੇ 1000 ਰੁਪਇਆ ਜਿਹੜੇ ਤਸ਼ੀਦੀ ਸਮੂਝੀ ਟੂਰਨਾਮੈਂਟ ਕਮੇਟੀ ਉਹ ਤੂਤਾਂ ਦੀ ਛਿੰਦੂ ਲਈਦੀ ਹੈ ਅਸੀਂ ਧੰਨਵਾਦ ਕਰ ਰਹੇ ਹਾਂ ਸਾਡੇ ਜਗਰੇਵ ਸਿੰਘ ਦੀ ਕਾਲਾ ਸਰਦਾਰ ਮੋੜ ਸਿੰਘ ਹੋਰੀ ਉਹਨਾਂ ਦੀ ਪੂਰੀ ਟੂਰਨਾਮੈਂਟ ਕਮੇਟੀ ਦਾ ਉਧਰਲੇ ਬੰਨੇ ਮੇਰੇ ਵੀਰ ਡਾਕਟਰ ਗੋਰਾ ਜੀ ਬੜਾ ਚੰਨ ਸਿੰਘ ਵਾਲੇ ਉਹ ਵੀ 1000 ਰੁਪਇਆ ਜਿਹੜਾ ਭੇਜਦੇ ਹੈ ਆ ਫੜੇ ਹੋਈ ਦੀ ਆ ਪੈਸੇ ਉਹਨਾਂ ਨੂੰ ਦੇ ਕਿਰਪਾ ਕਰਕੇ ਆ 2000 ਰੁਪਇਆ ਸਾਡੇ ਡਾਕਟਰ ਗੋਰਾ ਜੀ ਵਾਪਸ ਕਰ ਜਿਓ ਉਧਰਲੇ ਬੰਨੇ ਸਾਰੇ ਤਨਾਸ਼ੀ ਦੀ ਟੂਰਨਾਮੈਂਟ ਕਮੇਟੀ ਉਹਨਾਂ ਵੱਲੋਂ ਵੀ 1000 ਪੁੱਜੇ ਹੈ ਦਸਾਂ ਬੀਆਂ ਦਾ ਕੋਈ ਫਰਕ ਨਹੀਂ ਪੈਂਦਾ ਦਰਸ਼ ਵੀਰੋ ਤੁਸੀਂ ਜ਼ਰੂਰ ਜਿਹੜਾ ਉਸ ਖਿਡਾਰੀ ਦੀ ਮਦਦ ਕਰਨੀ ਹੈ ਕਿਰਪਾ ਕਰਕੇ ਔਰ ਹੱਥਵੰਨ ਬੇਨਤੀ ਹੈ ਸਾਡੇ ਵੱਲੋਂ ਕਿਉਂਕਿ ਪਰਮਾਤਮਾ ਇਹ ਜਿਹੜੀ ਗੁਪੀ ਨਾ ਹੁੰਦੀ ਉਹ ਸੁਣਦੇ ਤੇ ਆ ਕਰਕੇ ਤੇ ਕਹਿਣੀ ਨਹੀਂ ਪੈਣੀ ਸੀ ਬੜਾ ਦੁੱਖ ਹੈ ਅੱਜ ਵੀਰ ਦੇ 6 ਵਜੇ ਹੈ ਜ਼ਿੰਮੇਵਾਰੀਆਂ ਹੁੰਦੀਆਂ ਕੁਝ ਮਜਬੂਰੀਆਂ ਹੁੰਦੀਆਂ ਕਿਉਂਕਿ ਉਸ ਖਿਡਾਰੀ ਹਾਲਤ ਦੇਖ ਕੇ ਮੇਰਾ ਤਾਂ ਪਹਿਲਾਂ ਬੋਲਣ ਨੂੰ ਨਹੀਂ ਜੀ ਕਰਦਾ ਵੀ ਮੈਂ ਕਵਾਂ ਕੀ ਤੇ ਪਰ ਤੁਸੀਂ ਕਿਰਪਾ ਕਰਕੇ ਉਸ ਖਿਡਾਰੀ ਦੀ ਮਦਦ ਕਰਨੀ ਹੈ ਦਸਾਂ ਵੀ ਜਾਣਾ ਜਿੱਥੇ ਸਾਡੀ ਟੂਰਨਾਮੈਂਟ ਕਮੇਟੀ ਦੇ ਸਤਿਕਾਰਯੋਗ ਵੀਰ ਜਾ ਰਹੇ ਹੈ ਦਰਸ਼ਕਾਂ ਦੀ ਗਹਿਰੀ ਵਿੱਚ ਚੱਕਰ ਆ ਰਹੇ ਹੈ ਤੁਸੀਂ ਮਾਣ ਸਨਮਾਨ ਉਸ ਵੀਰ ਦਾ ਕਰੋ All right.
ਸਾਡੇ ਬਹੁਤ ਹੀ ਸਤਿਕਾਰਯੋਗ ਹੈ। ਮੇਰਾ ਜ਼ਿੰਦਗੀ ਦਾ ਪਰਮੇਸ਼ਰ ਮਿੰਟੂ ਵਿੱਚ ਜੀ ਉਹ ਵੀ 1000 ਰੁਪਿਆ ਤੂਤਾਂ ਦੇ ਸ਼ਿੰਦ ਲਈ ਭੇਜਦਾ। ਹਾਲੇਲੂਇਆ ਦੀ ਪੈਸੇ ਹਾਲੇ ਵੀ ਉੱਥੇ ਦੇ ਕਮੇਟੀ ਵਿੱਚ 1000 ਰੁਪਿਆ ਸਾਡੇ ਮਿੰਟੂ ਵਿੱਚ ਜੀ ਦਾ ਆ ਸਤਿਕਾਰਯੋਗ ਜ਼ਿੰਦਗੀ ਦੀ ਅਜੋਗ ਸ਼ਿਕਸ਼ਾ। ਉਧਰਲੇ ਬੰਨੇ ਭੀਮ ਸ਼ੇਰ ਖਾਨ ਦਾ ਕਬੱਡੀ ਖਿਡਾਰੀ ਉਹ ਵੀ 500 ਰੁਪਇਆ ਭੇਜਦਾ। ਉਧਰਲੇ ਬੰਨੇ ਨਵਦੀਪ ਸਿੰਘ ਗਿੱਲ ਸਾਹਿਬ ਮਰਖਾਈ ਵਾਲੇ 1000 ਰੁਪਇਆ ਉਹਨਾਂ ਵੀਰਾਂ ਵੱਲੋਂ ਉਹਨਾਂ ਦੀ ਜਿਹੜੀ ਪੂਰੀ ਟੀਮ ਪੁੱਜੀ ਇੱਥੇ ਉਹਨਾਂ ਵੱਲੋਂ ਵੀ ਵੱਡੇ ਮਾਣ ਸਨਮਾਨ। ਅਸੀਂ ਧੰਨਵਾਦ ਕਰਦੇ ਜਿਹੜੇ ਉਸ ਖਿਡਾਰੀ ਦੀ ਮਦਦ ਕਰਦੇ ਆ। ਲਖਾ ਸਿੰਘਪੁਰਾ ਮੰਨਣ ਜੀ ਸਾਡੇ ਪ੍ਰਧਾਨ ਸਾਹਿਬ ਉਹ ਵੀ 500 ਰੁਪਏ ਦਾ ਇਮਾਨ ਬਖਸ਼ ਰਹੇ ਹੈ। ਮਦਦ ਕੀਤੀ ਜਾ ਰਹੀ ਉਸ ਕਬੱਡੀ ਦੇ ਖਿਡਾਰੀ ਦੀ। ਸਾਰੀ ਕਮੇਟੀ ਦੇ ਅਹੁਦੇਦਾਰ ਵੀਰਾਂ ਵੱਲੋਂ 500 ਰੁਪਇਆ ਸਾਡੇ ਸੁਖਦੇਵ ਸਿੰਘ ਜੀ ਸਰਪੰਚ ਤੇ ਗੁਰਨੈਬ ਸਿੰਘ ਜੀ ਜਿਹਨੇ ਕਮੇਟੀ ਦੇ ਸਤਿਕਾਰਯੋਗ ਵੀਰ ਹੈ ਗੁਰਦੀਪ ਸਿੰਘ ਜੀ ਸਾਡੇ ਜਸਵੀਰ ਸਿੰਘ ਜੀ ਸਾਡੇ ਜਸਵਿੰਦਰ ਸਿੰਘ ਜੀ ਸਾਡੇ ਗੁਰਦੀਪ ਸਿੰਘ ਜੀ ਸਾਰੀ ਜਿਹੜੀ ਸਤਿਕਾਰਯੋਗ ਕਮੇਟੀ ਹੈ ਪਹਿਲਾਂ 5000 ਰੁਪਇਆ ਪੂਰੀ ਕਮੇਟੀ ਵੱਲੋਂ ਤੇ 500 ਰੁਪਇਆ ਸਾਰੀ ਕਮੇਟੀ ਦੇ ਅਹੁਦੇਦਾਰ ਵੀਰਾਂ ਵੱਲੋਂ। ਸਾਡੇ ਰਾਜੂ ਗਿੱਲ ਜੀ ਉਹਨਾਂ ਵੱਲੋਂ ਵੀ ਮਾਨ ਸਨਮਾਨ ਹੈ। ਜਿਹੜੇ ਬਾਕੀ ਰਹਿਣ ਦੇ ਪੈਸੇ ਉਹ ਸਾਡੀ ਅੰਗਰੇਜ਼ ਸਿੰਘ ਜੀ ਬਿੱਲਾ ਜਿਹੜੀ ਕਿਹੜੀ ਦਾ ਸਤਿਕਾਰਯੋਗ ਮੈਂਬਰ ਰਹਿੰਦਾ 500 ਦਿਨ ਸਾਰੇ ਦੇ ਦਿਓ ਵੀਰ ਜੀ। ਇੱਕ ਮੈਂ ਉਧਰਲੇ ਬੰਨੇ ਅੰਗਰੇਜ਼ ਸਿੰਘ ਜੀ ਬਿੱਲਾ ਖੁਰਾਣਾ ਉਹਨਾਂ ਵੱਲੋਂ ਵੀ 500 ਰੁਪਇਆ ਇਹ ਮਾਨ ਸਨਮਾਨ ਹੈ। ਜੇ ਕੋਈ ਹੋਰ ਵੀਰ ਇਹ ਮਾਲੀ ਮਦਦ ਕਰਨਾ ਚਾਹੁੰਦਾ ਹੈ ਸਾਡੀ ਟੂਰਨਾਮੈਂਟ ਕਮੇਟੀ ਨੂੰ ਜੀ ਉਹ ਪੈਸੇ ਦੇ ਸਕਦੇ ਹੋ ਅਸੀਂ ਧੰਨਵਾਦ ਕਰਾਂਗੇ। ਉਧਰਲੇ ਬੰਨੇ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਗੋਈਆਂ ਵਾਲਾ ਉਹ ਵੀ ਮਾਨ ਸਨਮਾਨ ਮਦਦ ਦੇਣ ਲਈ ਪੁੱਜੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਪਰਮਾਤਮਾ ਕਰੇ ਆਹ ਮੈਚਾਂ ਦੇ ਵਿੱਚ ਕਿਸੇ ਖੜੀ ਦਾ ਕੋਈ ਬਾਲ ਨਾ ਮਿਲਿਆ ਹੋਵੇ। ਆਪਾਂ ਉਸ ਕਾਲ ਪੁਰਖ ਦੇ ਚਿਹਨਾਂ 'ਚ ਅਰਦਾਸ ਕਰਾਂਗੇ। ਸਾਡੇ ਸਰਦਾਰ ਗੁਰਮੀਤ ਸਿੰਘ ਜੀ ਬੋਈਆਂ ਵਾਲਾ ਉਧਰਲੇ ਬੰਨੇ ਸਰਦਾਰ ਸ਼ਵਿੰਦਰ ਸਿੰਘ ਜੀ ਕਾਕੂ ਮਨਾਮਾ ਸ਼੍ਰੀ ਹੇਮਕੁੰਟ ਟਰਾਂਸਪੋਰਟ ਹਰ ਕਬੱਡੀ ਦੇ ਖੇਡ ਮੈਦਾਨ ਵਿੱਚ ਅੱਗੇ ਗੁਰਮੀਤ ਸਿੰਘ ਅੱਖਾਂ 'ਚੋਂ ਪਾਣੀ ਡਿੱਗਦਾ ਹੈ ਜਦੋਂ ਉਹ ਸੀਨ ਯਾਦ ਆਉਂਦਾ ਇਸ ਕਬੱਡੀ ਦੇ ਖੇਡ ਮੈਦਾਨ ਵਿੱਚ। ਯਾਰ ਪ੍ਰਿਆ ਸ਼ਵਿੰਦਰ ਜੀ ਕਾਕੂ ਮਨਾਮਾ ਸ਼੍ਰੀ ਹੇਮਕੁੰਟ ਟਰਾਂਸਪੋਰਟ ਗੁਹਾਟੀ ਉਹਨਾਂ ਨੇ ਵੀ 1000 ਰੁਪਏ ਦੀ ਜਿਹੜੀ ਮਦਦ ਦਿੱਤੀ ਹੈ। ਅਸੀਂ ਜਿਹਨਾਂ ਵੀਰਾਂ ਨੇ 10-20 ਤੋਂ ਹਜ਼ਾਰਾਂ ਤੱਕ ਮਦਦ ਕੀਤੀ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ। ਪ੍ਰਤਿਮਾ ਕਰੇ ਦਿਨ ਟੁਕੜੀ ਚੁਕੜੀ ਵੀਰ ਤਰੱਕੀ ਕਰ ਜਿਹਨਾਂ ਨੇ ਇਹ ਸਹਾਰਾ ਦਿੱਤਾ ਇਸ ਮਾਇਆ ਦਾ। ਲਓ ਜੀ ਜੇ ਕਿਸੇ ਹੋਰ ਵੀਰ ਨੇ ਮਦਦ ਕਰਨੀ ਹੈ ਉਹ ਸਾਡੀ ਕਮੇਟੀ ਅਹੁਦੇਦਾਰ ਵੀਰਾਂ ਨੂੰ ਇਹ ਜਿਹੜੇ ਪੈਸੇ ਫੜਾ ਸਕਦਾ ਹੈ ਕਿਉਂਕਿ ਹਜ਼ਾਰਾਂ ਗਿਣਤੀ ਵਿੱਚ ਵੀਰ ਪੁੱਜਿਆ ਤੇ ਉਹ ਜਿਹੜੀ ਮਾਲੀ ਮਦਦ ਹੈ ਦੂਤਾਂ ਦੀ ਸ਼ੁਰੂ ਦੀ ਕਰਨ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ। ਔਰ ਸਰਦਾਰ ਰਿਸ਼ਪਾਲ ਸਿੰਘ ਜੀ ਪੀ ਵਾਲੀ ਕੈਨੇਡਾ 1100 ਰੁਪਇਆ ਸਵਾਮੀ ਸ਼ੰਕਰਾਪੁਰੀ ਮਹਾਰਾਜ ਜੀ ਉਹਨਾਂ ਦੇ ਲੰਗਰਾਂ ਵਿੱਚ ਇਹ ਸੇਵਾ ਦੇ ਅਸੀਂ ਧੰਨਵਾਦ ਕਰਦੇ ਉਹਨਾਂ ਦਾ। ਮੈਚ ਗੁਰਮੁਖ ਸਿੰਘ ਜੀ ਸ਼ੁਰੂ ਕਰਵਾ ਦਿੱਤਾ ਜਾਵੇ।
ਪੁਰਾਣੇ ਦੀ ਟੀਮ ਦਾ ਕੋਈ ਵੀ ਪਲੇਅਰ ਗਰਾਊਂਡ ਦੇ ਵਿੱਚ ਆ ਜਾਵੇ, ਪੁਰਾਣੇ ਦੀ ਟੀਮ ਦਾ ਮਾਲੇ ਦੀ ਟੀਮ ਦਾ ਪਲੇਅਰ ਆਵੇ, ਇੱਕ ਪੁਰਾਣੀ ਟੀਮ ਦਾ ਆਵੇ, ਕਿਰਪਾ ਕਰਕੇ ਦੋਵਾਂ ਟੀਮਾਂ ਦਾ ਇੱਕ ਇੱਕ ਪਲੇਅਰ ਆਵੇ। ਮੈਚ ਸ਼ੁਰੂ ਕਰਾ ਦਿਓ ਜੀ, ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਜੀ। ਜਿਹਨਾਂ ਵੀਰਾਂ ਦੀ ਗਰਾਊਂਡ ਵਿੱਚ ਡਿਊਟੀ ਹੈ ਉਹ ਜਿਹੜੇ ਵੀਰ ਗਰਾਊਂਡ ਦੇ ਰਹਿਣ, ਮਾਰੋ ਜੀ ਵਿਸਲ, ਮੈਚ ਸ਼ੁਰੂ ਕਰਾ ਦਿਓ ਜੀ ਕਿਰਪਾ ਕਰਕੇ। ਲਓ ਜੀ ਇਧਰਲੇ ਬੰਨੇ ਸਵਾਮੀ ਸ਼ੰਕਰਪੁਰੀ ਜੀ ਨੌਜਵਾਨ ਸਭਾ ਕਮੇਟੀ ਸਾਧੂ ਵਾਲਾ, ਉਹਨਾਂ ਵੱਲੋਂ 3000 ਰੁਪਇਆ ਜਿਹੜਾ ਇਹ ਉਸ ਖਿਡਾਰੀ ਦੀ ਮਦਦ ਹੈ, ਅਸੀਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ। ਆਹ ਪੜਾਣੇ ਦੇ ਵੀਰ ਪੈਸੇ ਲੈ ਲਓ ਕਿਰਪਾ ਕਰਕੇ, 3000 ਰੁਪਏ ਜਿਹੜੀ ਦੂਜੀ ਟੂਰਨਾਮੈਂਟ ਕਮੇਟੀ ਹੈ ਸਵਾਮੀ ਸ਼ੰਕਰਾਪੁਰੀ ਨੌਜਵਾਨ ਸਭਾ ਕਮੇਟੀ, ਉਹਨਾਂ ਵੱਲੋਂ ਵੀ 3000 ਰੁਪਏ ਦੀ ਜਿਹੜੀ ਇਹ ਮਾਲੀ ਮਦਦ ਦਿੱਤੀ ਜਾ ਰਹੀ ਹੈ ਉਸ ਵੀਰ ਨੂੰ। ਮਾਲੇ ਦੀ ਟੀਮ ਜੇਤੂ ਜੀ ਉਸ ਸਾਈਡ ਵਿੱਚੋਂ ਕਿਰਪਾ ਕਰਕੇ ਗਰਾਊਂਡ ਬਾਹਰ ਚਲੇ ਜਾਓ, ਵੀਰ ਸਾਈਡ ਤੇ ਚਲੇ ਜਾਓ, ਗਰਾਊਂਡ ਕਲੀਅਰ ਕਰ ਦਿਓ ਜੀ ਕਿਰਪਾ ਕਰਕੇ, ਮੇਰੀ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿੱਤਾ ਜਾਵੇ। ਗਰਾਊਂਡ ਕਲੀਅਰ ਕਰ ਦਿਓ ਕਿਰਪਾ ਕਰਕੇ, ਜਿੰਨੇ ਵੀਰਾਂ ਦੀ ਗਰਾਊਂਡ ਚ ਡਿਊਟੀ ਉਹਨੇ ਵੀਰ ਕਬੱਡੀ ਦੇ ਖੇਡ ਮੈਦਾਨ ਵਿੱਚ ਰਹਿਣ, ਹੱਥ ਬੰਨ ਕੇ ਬੇਨਤੀ। ਆਉਣ ਵਾਲੀਆਂ ਜਿਹੜੀਆਂ ਟੀਮਾਂ ਕਬੱਡੀ ਦੇ ਖੇਡ ਮੈਦਾਨ ਵਿੱਚ ਖੇਡੀਆਂ, ਮੈਂ ਬੇਨਤੀ ਕਰਦਾ ਤੁਸੀਂ ਪਿਆਰ ਸਤਾਰ ਕਬੱਡੀ ਖੇਡਣੀ ਹੈ, ਸੱਟ ਕੋਈ ਜਾਣ ਬੁੱਝ ਗਈ ਮਾਰਾ ਇਹ ਵੀ ਗੱਲ ਸੱਚ ਹੈ, ਮੇਰੀ ਬੇਨਤੀ ਤੁਸੀਂ ਥੋੜਾ ਪਿਆਰ ਨਾਲ ਕਬੱਡੀ ਖੇਡਣਾ, ਹੱਥ ਬੰਨ ਕੇ ਬੇਨਤੀ ਇਹਨਾਂ ਖਿਡਾਰੀਆਂ ਨੂੰ, ਆਉਣ ਵਾਲੀਆਂ ਟੀਮਾਂ ਆਹ ਵੀ ਗੱਭਰੂਆ ਪਾਕ ਜਿਹੜਾ ਭਾਣਾ ਵਰਤ ਕੇ ਆਪਾਂ ਨੂੰ ਮੋੜ ਨਹੀਂ ਸਕਦੇ, ਆਉਂਦੇ ਮੈਚਾਂ ਵਿੱਚ ਕਿਰਪਾ ਕਰਕੇ ਖਿਡਾਰੀ ਜਿਹੜੇ ਥੋੜੀ ਸਾਵਧਾਨੀ ਵਰਤਣ, ਮਹਿਕਮਾ ਮਨਦੀਪ ਕਾਲੀਏ ਵਾਲ ਕਿਰਪਾ ਕਰਕੇ ਉਹ ਗਰਾਊਂਡ ਵਿੱਚ ਆ ਜਾਵੇ। ਝੰਡੇ ਦੀ ਟੀਮ ਇੱਕ ਬੰਨੇ ਕੌਣ ਹੈ, ਲਾਓ ਦਰਸ਼ਕ ਵੀਰੋ ਕਰਦਿਆਲ ਹਰਦਾਸੇ ਦੀ ਧਰਤੀ ਦਾ ਦੂਸਰੇ ਬੰਨੇ ਕੌਣ ਕਰੂ ਹੈ, ਕਬੱਡੀ ਦੇ ਖੇਡ ਮੈਦਾਨ ਵਿੱਚ ਇੱਕ ਬੰਨੇ ਮੰਗਲ ਦੂਸਰੇ ਬੰਨੇ ਹਿਆਲ, ਨੌਜਵਾਨ ਕਬੱਡੀ ਦੇ ਖੇਡ ਮੈਦਾਨ ਵਿੱਚ 100 ਰੁਪਇਆ ਗੁਰਬਾਜ ਜੀ ਦਿੰਦੇ ਆ ਮਾਨਸਰਾਂ ਬਖਸ਼ਰੇ, ਇਹ ਨੌਜਵਾਨ ਕਬੂਲੇ 200 ਰੁਪਏ ਸੂਚੀ ਕਮੇਟੀ ਵੱਲੋਂ ਜੀ ਇਹਨਾਂ ਟੀਮਾਂ ਲਈ ਮਾਨ ਸਨਮਾਨ। ਕਬੱਡੀ ਜਿਹੜੀ ਭਾਂਗਾ ਦੇ ਕੁਲਦੀਪ ਦੀ ਪੈਂਦੀ ਹੋਈ ਦਰਸ਼ਕ ਵੀਰੋ, ਗਗਰੇ ਪਿੰਡ ਦੇ ਬਿੱਲੇ ਨਾਲ ਮੁਕਾਬਲਾ ਸਖਤ ਹੈ, ਆਰ ਥੋੜਾ ਵੀਰ ਪਿੱਛੇ ਹੋ ਜਾਓ, ਪੁਆਇੰਟ ਜਿਹੜਾ ਰੇਡਰ ਦੇ ਸੇ ਜੁੜਾ ਹੋਇਆ, ਚੱਲ ਵੀ ਵੀਰੇ ਪਾਕ ਕਬੱਡੀ ਵਰੀ ਦੇ ਖੇਡ ਮੈਦਾਨ ਵਿੱਚ ਮਾਂ ਦੇ ਮਗਰ ਖਾਣਿਆਂ ਨੂੰ 33 ਵਾ ਲੱਗੇ, ਅੱਜ ਦੇਖਦੇ ਕਬੱਡੀ ਦੇ ਖੇਡ ਮੈਦਾਨ ਵਿੱਚ ਕਬੱਡੀ ਤਲਵੰਡੀ ਦੇ ਹੀਰੇ ਨੇ ਪਾਈ ਹੈ ਹਾਰ, ਮੇਰੀ ਬੇਨਤੀ ਐਂਦਗੜ ਤੇ ਝੰਡਿਆਂ ਦੀ ਟੀਮ ਲੰਡੇ ਦੇ ਚੋਰਾ ਸਾਹਿਬ, ਲਾ ਸਾਹਮਣੇ ਸੋਨਾ ਹੈ ਇੱਕ ਬਾਨੇ ਗੱਭਰੂ ਹੀਰਾ ਹੈ, ਲਾ ਦੇਖਦੇ ਭਿੜਦੇ ਹੋਏ ਸਣ ਕਬੱਡੀ ਦੇ ਖੇਡ ਮੈਦਾਨ ਚ ਲੱਗੀ ਹੈ ਜਾਨ, ਅੰਕ ਜਿਹੜਾ ਤਲਵੰਡੀ ਭਾਈ ਦੀ ਟੀਮ ਹਿੱਸੇ ਜੁੜਾ ਹੋਇਆ। ਸਟੇਜ ਦੇ ਮੂਹਰੋਂ ਵੀਰ ਜੀ ਪਿੱਛੇ ਚਲੇ ਜਾਓ, ਸਟੇਜ ਦੇ ਮੂਹਰੋਂ ਜਿਹੜੇ ਵੀਰ ਖੜੇ ਆ ਕਿਰਪਾ ਕਰ ਥੱਲੇ ਬਹਿ ਜਾਣ, ਹੱਥ ਵਰ ਕੇ ਮੇਰੀ ਬੇਨਤੀ ਹੈ, ਇਸੇ ਪਿੰਡ ਦਾ ਗੱਭਰੂ ਸਾਧੂ ਵਾਲੀਆ ਕਬੱਡੀ ਪਾਉਂਦਾ ਹੋਇਆ, ਉਧਰਲੇ ਬੰਨੇ ਹਰਜੀਤ ਕਨੇਡਾ ਜੀ ਉਹ ਵੀ ਕਬੱਡੀ ਦੇ ਮੈਚ ਤੱਕ ਰਿਹਾ, ਗੁਰਸਿੰਘ ਸਿੰਘ ਜੀ ਸਨਮ ਕਰਤਾਰ ਸਿੰਘ USA, ਗੁਰਵਿੰਦਰ ਜੀ ਉਧਰਲੇ ਬੰਨੇ ਸਨਮਾਨ ਕਰਦੇ ਆ, ਪਾਲ ਤਲਵੰਡੀ ਭਾਈ USA, ਹਰਜੀਤ ਕਨੇਡਾ ਜੀ, ਮਹਿੰਦਰ ਸਿੰਘ ਜੀ ਨਾਲੇ ਨਾਲ ਅਸੀਂ ਧੰਨਵਾਦ ਕਰਦੇ ਹਾਂ, ਰਣਵੀਰ ਸ਼ਰਮਾ ਜੀ ਉਧਰਲੇ ਬੰਨੇ, ਕੁਮਨਾਮਾ ਜੀ, ਰਾਜਾ ਡਰੋਲੀ ਜੀ, ਸਾਰੇ ਵੀਰਾਂ ਦਾ ਧੰਨਵਾਦ ਹੈ। ਕਬੱਡੀ ਪੂਰੀ ਤੇ ਮੋਹਨੇ ਦੀ ਪੈਂਦੀ ਕਬੱਡੀ ਦੇ ਖੇਡ ਮੈਦਾਨ ਵਿੱਚ
ਬਾਹਰ ਤਾਰ ਜਾਫੀ ਪੂਰੇ ਤਿਆਰ ਵਰ ਤਿਆਰ ਨੇ ਕਬੱਡੀ ਦੇ ਖੇਡ ਮੈਦਾਨ ਵਿੱਚ ਇੱਕ ਬੰਨੇ ਦਾਤੇ ਪਿੰਡ ਦੇ ਗਵਰਨਰ ਨੇ ਕਿਹਾ ਫੈਸਲਾ ਕੀਤਾ ਮਿਹਰ ਕਰੀਆ ਦਾਤਿਆ ਹਰ ਪਲ ਦੁਨੀਆ ਸਾਰੀ ਤੇ ਹੱਕ ਗਰੀਬਾਂ ਵਾਲੇ ਕਦੇ ਵੀ ਤਗੜੇ ਦੱਬਣ ਨਾ ਦਾਤ ਹੱਥ ਮਾਰੇ ਨਾ ਵੀ ਭਾਈ ਭਾਈ ਨੂੰ ਤੇ ਧੀਆਂ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਲੱਭਣ ਨਾ ਖੇਮ ਕਰ ਦੋ ਪਾਕਿਸਤਾਨ ਨੂੰ ਜਾਈਏ ਕਿਤੇ ਪਸੋੜ ਦੀ ਲੋੜ ਵਾਲੇ ਨਾ ਬਾਰਡਰ ਲੰਘਣ ਨੂੰ ਹੋਲੀ ਭਾਵੇਂ ਸੱਚ ਚੌਥੀ ਵਾਰੀ ਆ ਜਾਵੇ ਪਰ ਕੋਈ ਕਿਸੇ ਦਾ ਖੂਨ ਨਾ ਡੋਲੇ ਧਰਤੀ ਰਹਿਣ ਨੂੰ ਉਧਰ ਲੈਣੇ ਰੂਪਾ ਗੁਲਾਮੀ ਵਾਲ ਪਿੰਡ ਦਾ ਇਹ ਵੀ ਤੂਤਾਂ ਦੇ ਸ਼ਿੰਦੂ ਨਾਲ ਕੌਡੀ ਖੇਡਦਾ ਮਸ਼ਹੂਰ ਹੋਇਆ ਪਰ ਚੰਡਗੜ੍ਹ ਦੀ ਟੀਮ ਗਰਾਊਂਡ ਦੇ ਵਿੱਚ ਹੈ ਦੂਸਰੇ ਬੰਦੇ ਮੈਂ ਬੇਨਤੀ ਕਰਾਂਗਾ ਝੰਡਿਆਂ ਨਾਲ ਉਹ ਟੀਮ ਆਪਣੀ ਤਿਆਰੀ ਖਿੱਚਣ ਬਾਕੀ ਸਾਧੂ ਵਾਲੇ ਦੇ ਕਬੱਡੀਆਂ ਵਿੱਚ ਥੋੜੀਆਂ ਪੁੱਜਦੀਆਂ ਬਹੁਤ ਸਾਰਾ ਪਿਆਰ ਮਾਣ ਦਿੰਦੇ ਵੀਰੋ
ਬਹੁਤ ਹੀ ਖੁਸ਼ੀ ਵਾਲੀ ਗੱਲ ਹੈ, ਵੱਡੀ ਦੇਣ ਸਾਡੇ ਤਰਨ ਤਰਨ ਸਵਾਮੀ ਸ਼ਾਕਰਪੁਰੀ ਸਪੋਰਟਸ ਕਲੱਬ ਜੀ, ਸਾਰੇ ਸੱਜਣ ਵਧਾਈ ਦੇ ਪਾਤਰ ਆ। ਜਿਉਂ ਆਖਦੇ ਸਾਰੇ ਸੱਜਣਾਂ ਨੂੰ, ਬਾਬਾ ਜੀ ਦੇ ਦਰਬਾਰ ਗੁਰੂ ਕੇ ਲੰਗਰ ਟੁੱਟ ਵਰਤਾਏ ਜਾ ਰਹੇ ਆ, ਸੰਗਤ ਛਕ ਸਕਦੀ ਆ, ਗੁਰੂ ਕੇ ਲੰਗਰ ਟੁੱਟ ਵਰਤਾਏ ਜਾ ਰਿਹਾ। ਰੈਫਰੀ ਦਾ ਫੈਸਲਾ ਡਾਲ ਲਾ ਵੀਰ, ਕਾਲੀ ਪਾ ਦੇ ਵੀਰ, ਗਰਾਊਂਡ ਦਾ ਸ਼ਿੰਗਾਰ ਬਣਾ ਦੇ, ਮਨ ਵਧਾ ਦੇ ਮੇ ਵੀਰ। ਪ੍ਰਬੰਧ ਕਮੇਟੀ ਫੈਸਲਾ ਕਰੇ, ਬਹੁਤ ਆਨੰਦ ਆ ਰਿਹਾ ਖੇਡ ਮੈਦਾਨ ਦੇ ਅਰਸ਼ਵੀਰ ਮੈਚ ਵੇਖਣ ਦਾ। ਪ੍ਰਬੰਧ ਕਮੇਟੀ ਫੈਸਲਾ ਕਰੇ, ਸਾਡੇ ਸੁਵੀਰ ਸਿੰਘ ਜੀ ਨਾਲ, ਸੁਖਦੇਵ ਸਿੰਘ ਸਰਪੰਚ ਨਾਲ, ਮੇਰਾ ਵੀਰ ਪੱਜ, ਸਮੁੱਚੀ ਪ੍ਰਬੰਧ ਕਮੇਟੀ ਫੈਸਲਾ ਕਰੇ ਜੀ ਕਿਹਦਾ ਪੁਆਇੰਟ ਕਿਹਦੇ ਬਾਅਦ ਆ। ਇੰਡੀਗੜ ਵਾਸੀ ਝੰਡਿਆਣਾ ਪੱਛਮੀ, ਦੋਵੇਂ ਟੀਮਾਂ ਕੱਪੜੇ ਉਤਾਰ ਕੇ ਵੇਲ ਫਾਰ ਬੂਥ ਵਿੱਚ ਪੁੱਜਣ, ਲੰਡੇ ਦੇ ਚੋਲ ਸਾਹਿਬ ਅਗਲੇ ਮੈਚ ਲਈ ਰੈਡੀ ਰਹਿਣ। ਸੇਲ ਓਵਰਾਂ ਦੀ ਟੀਮ ਬਾਜੀ ਦੇ ਵਿੱਚ ਨੋਟ ਕਰ ਲਓ ਖਿਡਾਰੀ ਰੋ, ਸਾਰੇ ਮੁਕਾਬਲੇ ਕੰਟੀਨਿਊ ਵਿੱਚ ਕਰਵਾਏ ਜਾਣਗੇ, ਕੋਈ ਵੀ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਣਾ। ਖਿਡਾਰੀ ਵੀਰ ਸਾਡੇ ਸਤਿਕਾਰ ਯੋਗ ਨੇ, ਬੇਨਤੀਆਂ ਵੀ ਰੈਫਰੀ ਨਾਲ ਕਹਿਣ ਤੋਂ ਪਹਿਲਾਂ ਨਹੀਂ ਕਰਨੀ ਵੀਰ, ਪ੍ਰਬੰਧ ਕਮੇਟੀ ਨੂੰ ਅਪੀਲ ਕਰੋ, ਰੈਫਰੀ ਨੂੰ ਅਪੀਲ ਕਰੋ, ਅਪੀਲ ਦੇ ਫੈਸਲੇ ਆ ਦੋ ਲੇਖੇ ਜੋ ਕਿ ਉਹ ਪ੍ਰਬੰਧ ਕਮੇਟੀ ਨਾਲ ਰੈਫਰੀ ਵੀਰ ਕਰਨਗੇ, ਕਿਹਦਾ ਪੁਆਇੰਟ ਕਿਹਦੇ ਵਾਲਾ। ਲਓ ਰਮਣਾ ਮੰਡੀ ਭਾਈ ਦਾ ਕੋਸ਼ ਕਰਦਾ ਹੋਇਆ ਪੁਆਇੰਟ ਰੇਡ ਦੇ ਹਿੱਸੇ ਜੁੜਦਾ ਹੋਇਆ, ਚੱਲ ਰਹੀ ਹੋਣਾ ਸਿਆਪਾ ਕਬੱਡੀ ਖੇਡ ਮੈਦਾਨ ਵਿੱਚ, ਅਲਬਾਲਟਰਾ ਕਬੱਡੀ ਫਿਸ਼ਣ ਲਈ ਆ ਤਗੜਾ ਖੇਡਿਆ ਕਿੱਡਾ ਦੀ ਧਰਤੀ ਦੇ ਜੋਰਜ ਵਾਲ ਚੰਨੂਆਂ ਦੀ ਟੀਮ ਦੇ ਲਈ। ਰਾਜਾ ਕਾਲੀਆ ਵਾਲੇ ਪਿੰਡ ਵਾਲਾ 500 ਰੁਪਏ ਦਾ ਬੜਾ ਮਾਣ, ਜਿਹੜੇ ਨੌਜਵਾਨ ਸੱਟ ਲੱਗੀ ਆ ਸਾਡੇ ਗੁਰਮੀਤ ਸਿੰਘ ਜੀ ਨੰਬਰਦਾਰ ਪੂਈਆਂ ਵਾਲੇ ਪਾਲੇ ਵਿਸ਼ੇਸ਼ ਤੌਰ ਤੇ ਪੁੱਜੇ ਆ, ਉਹਨਾਂ ਨਾਲ ਵੀ ਤਾਦ ਲੈ ਵੀ ਕੁਲਦੀਪ ਸਿੰਘ ਪੈਸੇ ਫੜ, ਜਿਹੜੇ ਨੌਜਵਾਨ ਸੱਟ ਲੱਗੀ ਉਹਨੂੰ ਪੈਸੇ ਦੇਣੇ ਆ ਭਾਈ। ਖੇਡ ਮੈਦਾਨ ਵਿੱਚ ਲੱਗਾ ਹੋਇਆ ਜੋਰ, ਇੱਕ ਪਾਸੇ ਮੋਨਾ ਪੰਡੋਰੀ ਪਿੰਡ ਦਾ, ਦੂਸਰੇ ਪਾਸੇ ਅਮਨਦੀਪ ਅੰਬੂ ਕਹਿੰਦੇ ਟਕੜਾ ਪਿੰਡ ਵਾਲਾ ਜੱਫਾ ਨਹੀਂ ਲਾ ਸਕਿਆ, ਗਗਨਦੀਪ ਸਿੰਘ ਨੌਜਵਾਨ ਅਗਲੀ ਰੇਡ ਪਾਉਣਾ ਹੋਇਆ। ਖੇਡ ਮੈਦਾਨ ਵਿੱਚ ਕੋਈ ਇੱਕ ਵਾਰ ਕੋਈ ਦੋ ਵਾਰੇ ਸੱਤ ਵਾਰ ਕਹਿਣਾ ਭਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇਰਾ ਕੌਣ ਤੂੰ ਦੇਣਾ। ਰਜਿੰਦਰ ਰੈਲੀ ਨੇ ਮੱਤਾਂ ਲੱਗੀਆਂ, ਚਾਰ ਜਾਫੀ ਨੇ ਇੱਕੋ ਥਾਂ ਫੜੇ, ਇੱਕੋ ਥਾਂ ਖੇ ਮੁਕਾਬਲਾ ਸਕਦਾ ਢੀਮਾ ਵਾਲੇ ਕਬੱਡੀ ਕੱਪ ਦਾ ਉਦਮ ਜਾਫੀ ਆ ਕਰ ਪਰ ਸਿੱਧੂ ਲੰਡੇਗੇ ਪਿੰਡ ਵਾਲੇ ਨੇ ਬੋਲਟ ਮੋਟਰ ਦਿੱਤਾ ਨੌਜਵਾਨ ਲੰਡੇਗੇ ਨੇ ਕਬੱਡੀ ਕੱਪ ਦੇ। ਕੈਨੇਡਾ ਟੂਰ ਲਵਾਇਆ ਨਵਦੀਪ ਡੀਸੀ ਮਾਂ ਲੜਦਾ ਵੇਖ ਜ਼ੋਰ ਨਾਲ ਜ਼ੋਰ ਕੇ ਟਕਰਾਇਆ, ਲੱਗਦਾ ਗੱਭਰੂ ਨੇ ਇੱਕ ਸੂਤਾ ਪੰਗ ਪਾਇਆ, ਪਲਾਂ ਵਿੱਚ ਪਤਾ ਲੱਗੂ ਘਾਟੇ ਵਾਧੇ ਦਾ ਹੰਦੇ ਹੋ ਗਏ ਦੂਰ ਜਿਵੇਂ ਬਾਰਡਰ ਵਾਗੇ ਦਾ ਹੰਦ ਹੋ ਗਏ ਦੂਰ ਜਿਵੇਂ ਬਾਰਡਰ ਵਾਗੇ ਦਾ। ਕਾਸ਼ਦੀਪ ਪਿੰਡ ਤਲਵੰਡੀ ਜਲਿਕਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਨੌਜਵਾਨ ਵਿਸ਼ੇਸ਼ ਤੌਰ ਤੇ ਪੁੱਜਾ, ਇਹ ਸਟੰਟ ਕੱਟੇ ਗਏ ਮਾਨ ਸਨਮਾਨ ਕਰਨਾ ਕੀ ਫਾਇਦਾ ਸੋਚਣ ਦਾ, ਸੋਚਾ ਸੋਚ ਕੇ ਕੁਝ ਨਹੀਂ ਹੋਣਾ, ਜ਼ਿੰਦਗੀ ਦਾ ਹਿੱਸਾ ਹੈ ਜੰਮੇ ਦੀਆਂ ਖੁਸ਼ੀ ਮਰੇ ਦਾ ਰੋਣਾ, ਪੌੜੀ ਵਰਕ ਲਈਏ ਪੈਰ ਨੂੰ ਜਿਸ ਸਮੇਂ ਦੇ ਧਰ ਗਏ, ਰੋਟੀ ਹੱਕ ਨਹੀਂ ਖਾ ਲਿਆ ਜੀ ਭਾਵੇਂ ਬੂਟ ਪਾਸ ਕਰਕੇ ਮਾਰ ਮਾਰੀਆਂ ਜੋ ਤਲਾ ਦੋਨੇ ਹੀ ਨੌਜਵਾਨ ਜਾਫੀ ਦੇ ਸੋਨਾ ਕਹਿੰਦੇ ਘਾਲਾ ਲੱਖ ਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਅਗਲੀ ਰਿਹਾ ਗਦੀਪ ਭੰਗਲਾ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਗਾਜੀ ਦੀ ਚੌੜੀ ਛਾਈ ਬੇਲਣ ਵਾਂਗੇ ਪੱਟ ਲਓ ਉੱਖ ਦੇ ਪੈਰ ਵੱਜਦੀ ਤੌਰ ਝਾਂਜਰ ਵਾਲੇ ਗਿੱਟੇ ਤੋਂ ਨੌਜਵਾਨ ਕੈਚ ਕਰਦਾ ਹੋਇਆ ਕਿ ਜਾਂ ਮਿੱਤਰਾਂ ਨੇ ਝਾਂਜਰ ਪਾਇਆ ਜਾਂ ਫਿਰ ਬਾਨਾ ਕੋਕਾ ਜਾਂ ਫਿਰ ਬਣਾ ਅੱਖ ਤੇਰੀ ਦਾ ਸੁਰਮਾ ਲਓ ਖੇਡ ਮੈਦਾਨ ਵਿੱਚ ਜਾਂ ਫਿਰ ਬਣਾਂਗੇ ਗਾਂਧੀ ਜੀ ਦੇ ਮਣ ਕੇ ਹੁਣ ਤੈਨੂੰ ਟੱਕਾਂਗੇ ਸੱਜਰੇ ਸ਼ਰੀਕ ਤੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇ ਬਣ ਕੇ। ਲੱਖਾਂ ਦੇ ਪੁਆਇੰਟ ਨੌਜਵਾਨ ਰਮਣਾ ਤਲਵੰਡੀ ਭਾਈ ਦਾ ਆਪਣੀ ਟੀਮ ਦੇ ਲਈ ਜੋੜਾ ਹੋਇਆ, ਚੱਲ ਵੀ ਨੌਜਵਾਨ ਗੜਸਾ ਤਸਵੀਰਾਂ ਖਿੱਚਿਆ ਨੌਜਵਾਨ ਦੀਆਂ ਜਿਵੇਂ ਗੱਡੀ ਲੱਗਦੀ ਆ ਤਾਂ ਸੂਤਾ ਪੰਗਾ ਪੈਦਾ ਰੋਣਾ ਫੇਰ ਗੱਲ ਅਖੀਰੀ ਹੋਵੇਗੀ ਖੇਡ ਮੈਦਾਨ ਦੀ। ਸੌ ਰੁਪਏ ਦਾ ਮਾਣ ਪਿੰਦਾ ਕੈਨੇਡਾ ਵਾਲ ਪਿੰਦਾ ਹਾਂਕਾ ਵਾਲ ਉਹਨਾਂ ਦੇ ਸਪੁੱਤਰ ਸੋਹਿਲ ਮਾਣ ਕਹਿੰਦੇ ਗਗਨਦੀਪ ਸਿੰਘ ਦੇ ਲਈ ਭੇਜਦੇ ਆ ਬਾਬਾ ਧੰਨਵਾਦ। ਖੇਡ ਮੈਦਾਨ ਦੇ ਨਾਲ ਜੋ ਹੋਇਆ ਲੈ ਵੀ ਗਰੀਬ ਸਿੰਘ ਪੈਸੇ ਫੜੀ ਗਿਆ ਆ ਗਗਨਦੀਪ ਦੇ ਲਈ ਆਏ ਆ
ਆਇਆ ਫੜ ਮੇਰੇ ਵੀਰ ਰੂਪਾ ਕਹਿੰਦੇ ਆ ਜੋਦੀ ਪਿੰਡ ਆਣ ਜਿਹੜਾ ਤੂਤ ਪਿੰਡ ਆ ਰੂਪਾ ਅਗਲੀ ਰੇਡ ਮਾਦਾ ਹੋਇਆ ਖੇਡ ਮੈਦਾਨ ਵਿੱਚ ਕਿ ਮਾਰੇ ਡੰਡ ਤੇ ਖਾਧੀਆਂ ਮੱਖਣੀਆਂ ਨੇ ਆ ਕੇ ਗੱਭਰੂ ਹੋ ਕੇ ਤਿਆਰ ਜਾਰੋ ਥਾਪੀ ਮਾਰ ਕੇ ਧਵੀ ਨੇ ਰੇਡ ਪਾਤੀ ਮੂਹਰੇ ਖੜੇ ਜਾਪੀ ਚਾਰ ਜਾਰੋ ਪਿੰਡੇ ਲਿਖਦੇ ਗੋਲਾ ਵਾਂਗ ਬਿਲੀ ਤੇਰੇ ਲੱਗਦੇ ਨੇ ਵਾਂਗ ਯਾਰ ਜਾਰੋ ਆਹ ਵਾਲੀਆ ਕਹਿ ਨਿੱਤ ਨੀ ਜਣੀ ਜੱਗ ਉੱਤੇ ਹਰਜੀਤ ਬਰਾੜ ਜਾਰੋ ਆਲਮ ਵਾਲੀਆ ਕਹਿ ਨਿੱਤ ਨੀ ਜੰਮਣੀ ਜੱਗ ਉੱਤੇ ਹਰਜੀਤ ਬਰਾੜ ਜਾਰੋ ਕਿ ਕੌਡੀ ਕੌਡੀ ਖੇਡ ਮੁੰਡਿਆ ਤੇਰੇ ਜ਼ੋਰ ਤੇ ਸਦਕੇ ਜਾਵਾਂ ਤੇਰੇ ਨਾਲ ਪੰਜਾਬ ਵਸਦਾ ਤੇ ਰੱਬ ਦੀ ਗੱਲ ਚਾਹਾਂ ਮੋਨਾ ਪੜੋਰੀ ਪਿੰਡ ਦਾ ਆ ਕਹਿੰਦੇ ਰਜਿੰਦਰ ਅਸੀਂ ਸਾਧੂ ਵਾਲੇ ਨੇ ਲਿਖਿਆ ਬਾਬਾ ਸ਼ਾਗਾਪੁਰ ਦੀ ਅਕੈਡਮੀ ਲਈ ਅੱਜ ਕੱਲ੍ਹ ਕਹਿੰਦੇ ਮਾਲਵਾ ਕਲੱਬ ਮੋਗੇ ਦੀ ਟੀਮ ਦੇ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪ ਦੇ ਨੌਜਵਾਨ ਮੋਨਾ ਪੜੋਰੀ ਪਿੰਡ ਦਾ ਅਮਰਜੀਤ ਸਿੰਘ ਦਾ ਲਾਡਲਾ ਪੁੱਤ ਕਬੱਡੀ ਪਾਲਾ ਹੋਇਆ ਕਿ ਖੇਡ ਕਬੱਡੀ ਤੇ ਬਣਾਉਂਦੇ ਪੜੀਆਂ ਹਰ ਕਹਿਣ ਗੱਲਾਂ ਹੋਣ ਸਾਰੀਆਂ ਟੌਲੇ ਟੈਂਡੂ ਖੜ ਵਾਈ ਫਿਰਦੇ ਜੋਗੀਆਂ ਦੇ ਕੰਨਾਂ ਵਿੱਚ ਵੇਖੀਏ ਨੇ ਮੁੰਡਾ ਜੱਟਾਂ ਦੇ ਮੁੰਡੇ ਵੀ ਆ ਪਾਈ ਫਿਰਦੇ ਬੱਲੇ 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 ਹੋ ਗਈ ਮੇਰੇ ਖੇਡ ਮੈਦਾਨ ਵਿੱਚ ਕਰੀ ਦੀਆਂ ਸਟਿਕ ਟਿਕ ਟਿਕ ਕਰਦੇ ਆ ਬਾਰੇ ਤਾਂ ਆ ਮੁੰਡਾ ਪੜੋ ਜਿੰਦਾ ਸਾਡੀ ਜੀ ਦਾ ਪਰਮ ਮਿੱਤਰ ਆ ਦੂਸਰੇ ਪਾਸੇ ਅਮਨਦੀਪ ਅੰਬੂ ਭਰਾਵਾਂ ਵਾਲਾ ਪਿਆਰ ਦਾਸ ਦੇ ਨਾਲ ਲੈ ਵੀ ਰੁਪਿਆ ਪਾ ਕਬੱਡੀ ਖੇਡ ਮੈਦਾਨ ਵਿੱਚ ऐसी मुल पऊ पंजाब ऐसी सरकार बन जू सोचा नहीं जो हा जा कबड्डी टीवी चैनल का शिंगार बन जू कबड्डी टीवी चैनल का शिंगार बन जू कबड्डी टीवी चैनल का शिंगार बनी हुई है कहते पंजाब लाइव पर जफा नहीं ला सके पॉइंट हिस्से जुड़ता होया गगनदीप सिंह साधु वागा अगली रेड पाता होया खेड मैदान लो अगली रेड नौजवान इसे पीड़ा पाता होया ਹੀਰੇ ਦੀ ਪੈਰੀ ਹੋਈ
ਮੰਗਲ ਗਿੱਟਾ ਫੜਦਾ ਕਹਿੰਦੇ ਦੁਨੀਆ ਮੰਨਦੀ ਹੈ ਉਧਰਲੇ ਬੰਦੇ ਮਾਲ ਦੀ ਖੇਡ ਆ ਲੱਗਾ ਲੱਤੀ ਇਹਦੇ ਮੁਕਾਬਲਾ ਸਖਤ ਹੈ ਦੇਖੋ ਦੇਖੋ ਹੋ ਗਈ ਬੱਲੇ ਬੱਲੇ ਆਹ ਚੱਕੇ ਜਾਵਾਂ ਪੁਆਇੰਟ ਹੀਰੇ ਦਾ ਮਾਰੋ ਤਾੜੀਆਂ ਦਰਸ਼ਕਿਓ ਉਧਰਲੇ ਬੰਨੇ ਪਿੰਦਾ ਸੰਧੂ ਹਾਂਗਕਾਂਗ ਵਾਲਾ ਉਹਦੇ ਸੁਪੁੱਤਰ ਪੁੱਜੇ ਬੜਾ ਸਤਿਯੋਗ ਬੱਚਾ ਹੈ ਆਪਾਂ ਧੰਨਵਾਦ ਕਰਦੇ ਭੁੱਖ ਲਾ ਸਿੱਖ ਮੁੰਡੇ ਦੇ ਦਰਸ਼ਨ ਕਰਕੇ ਆਹ ਲੈ ਲਓ ਰਿਵਿਊ 100 ਰੁਪਇਆ ਲੈ ਲਓ ਓਹੋ ਆ ਕੀ ਬਣਿਆ ਬਹਿ ਜਾਓ ਯਾਰ ਬਹਿ ਜਾਓ ਸਾਹਮਣੇ ਦੇਖਦੇ ਆ ਇੱਥੇ ਤਾਂ ਕਮਾਉਤ ਨਹੀਂ ਮਿਲਦੀ ਜਦੋਂ ਬਾਜੀ ਪੁੱਛੀ ਪੈਂਦੀ ਉਹ ਗੱਲ ਬੇਬੀ ਮੰਗਲਾ ਆ ਵੀ ਜਾਫੀ ਹੈ ਤੇ ਤੈਂ ਵੀ ਜਾਫੀ ਹੈ ਮੁਕਾਬਲਾ ਹੋਣ ਹੋਣਾ ਹੈ ਏ ਤਲਵੰਡੀ ਭਾਈ ਮੰਗਲ ਰਮਨਾ ਬਾਕੀ ਅੱਜ ਵਕੀਲਾਂ ਦੇ ਸੋਨੀ ਦੀ ਕੌੜੀ ਆ ਕਰਾਈ ਹੈ ਹੀਟਰ ਵਾਲੇ ਵੀਰ ਕਹਿੰਦੇ ਵੀ ਜੁਗਰ ਲਈ 100 ਰੁਪਇਆ ਪਿੱਦੇ ਆ ਹੀਟਰ ਬਣਾਉਣੇ ਹੋ ਹੀਟਰਾਂ ਵਾਲੇ ਵੀਰ ਲੈ ਵੀ ਗੁਗਨਿਆ ਤੇਰੇ ਲਈ ਮੈਂ ਸੁਣਿਆ ਕੁੰਡੀ ਲਾਉਂਦੀ ਨੀ ਹੀਟਰ ਉੱਤੇ ਚਾਹ ਬਣਾਉਂਦੀ ਪੱਠਾ ਬਿੱਲ ਕਰਦਾ ਪਾਉਂਦੀ ਸੋਚ ਬਿਜਲੀ ਟਾਵਰ ਦਾ ਪਾਸੇ ਚੱਕ ਪੱਤੀ ਦੇਖਾਂ ਨੀ ਹੀਟਰ ਕਿੰਨੀ ਟਾਵਰ ਦਾ ਜਿੱਧਰਲੇ ਬਣੇ ਵੀਰ ਮੋਮੈਂਟੋ ਪਏ ਆ ਕਿਰਪਾ ਕਰਕੇ ਉਹ ਵੀਰ ਨਾਲ ਤੱਕਦੇ ਆ ਚਲੋ ਤਲਵੰਡੀ ਵਾਲਿਆ ਮੈਚ ਸਮਾਪਤ ਕਿਉਂਕਿ ਜਦੋਂ ਏਰੀਆ ਹੋਵੇ ਕਬੱਡੀ ਵਿੱਚ ਜਾਨ ਲਾਉਣੀ ਪੈਂਦੀ ਹੈ ਮੈਂ ਪਹਿਲਾਂ ਇੱਕ ਮਾਈਕ ਤੋਂ ਗੱਲ ਕਹੀ ਸੀ ਤਾਂ ਦਾ ਜਦੋਂ ਕਬੱਡੀ ਫਿਰ ਰੇਡਰ ਮੁੜਦਾ ਨਾ ਖਾਲੀ ਚਾਰੇ ਪਾਸੇ ਤੂਤੀ ਬੋਲਦੀ ਮੁੰਡੇ ਯਾਰ ਉਹ ਕਾਲੀ ਉਧਰਲੇ ਬੰਨੇ ਜੱਗ ਵਿੱਚ ਧੁੰਮਾ ਪਾਈ ਫਿਰਦੇ ਗੱਲ ਕਰਕੇ ਨਰਾਜ਼ੀ ਲਾ ਜੀ ਇਹ ਮੁਕਾਬਲੇ ਵਿੱਚ ਉਹ ਕਾਲੀ ਟੀਮ ਦੇ ਪੁਆਇੰਟ ਨੇ 21 ਤੇ ਦੂਸਰੇ ਬੰਨੇ ਜਿਹੜੀ ਤਲਵੰਡੀ ਭਾਈ ਦੀ ਟੀਮ ਦੇ ਪੁਆਇੰਟ ਨੇ 17.5 ਜੀ ਯਾਦ ਘਟਕਾ ਲਵ ਜੀ ਤੁਰਿਆ ਜੀ ਇਸ ਸਾਈਡ ਵਿੱਚੋਂ ਅਗਲਾ ਮੈਚ ਐਨਗੜੀ ਮੈਂ ਬੇਨਤੀ ਕਰਾਂਗਾ ਵੀ ਉਹ ਟੀਮ ਨੇ ਨਹੀਂ ਗਰਾਊਂਡ ਵਿੱਚੋਂ ਝੰਡੇ ਨਹੀਂ ਦੇਣੇ ਅਗਲਾ ਜਿਹੜਾ ਮੈਚ ਹੋਣਾ ਹੈ ਲਾਂਡੇ ਤੇ ਚੋਲਾ ਸਾਹਿਬ ਜੀ ਚੋਲਾ ਸਾਹਿਬ ਦੀ ਟੀਮ ਬੋਲੀ ਲਾਂਡੇ ਪੁੱਜਾਓ 1-2 ਜਿਹੜੀ ਸਤੰਬਰ ਹੈ ਇਸੇ ਪਿੰਡ ਹੀ ਰਾਉਂਡ ਲੱਗਣੀ ਆ ਰੁੜਕੀ ਦੇ ਗੋਗੋ ਦਾ ਵਿਸ਼ੇਸ਼ ਸਨਮਾਨ ਹੋਵੇਗਾ ਕਬੱਡੀ ਓਪਨ ਦਾ 35,000 ਤੇ 1,000 ਪ੍ਰਾਈਜ਼ ਹੋਵੇਗਾ 11-7,000 ਰੁਪਇਆ ਤੇ ਕਬੱਡੀ 62 ਕਿਲੋ ਦਾ ਨੌਜਵਾਨ ਸਭਾ ਕਮੇਟੀ ਵੱਲੋਂ ਦੂਰਾ ਕਬੱਡੀ ਦਾ ਟੂਰਨਾਮੈਂਟ ਕਰਾ ਜਾਵੇਗਾ ਲੰਡਿਆਂ ਦੀ ਟੀਮ ਕਿੱਥੇ ਜੀ ਲੰਡੇ ਆਹ ਲਿਖ ਲਓ ਗੁਰਨੈਬ ਜੀ ਮੇਰੀ ਬੇਨਤੀ ਗੁਰਬਾਜ ਜੀ ਇੰਦਰਗੜ੍ਹ ਦੀ ਟੀਮ ਨੂੰ ਜੇਤੂ ਕਰਾ ਰਿਹਾ ਜੋ ਕਹਿੰਦੇ ਅਸੀਂ ਆਉਣਾ ਨੀ ਝੰਡਿਆਂ ਨੇ ਤੇ ਖਿਡਾਰੀ ਕਹਿੰਦੇ ਵੀ ਅਸੀਂ ਗਰਾਊਂਡ ਵਿੱਚ ਨਹੀਂ ਪੁੱਜਣਾ ਕਿਉਂਕਿ 7 ਕਿਲੋ ਤੇ ਖੜੀ ਹੋ ਜਿਹੜੇ ਮੈਚ ਮਿਰਜੇ ਕੇ ਖੇਡਦੇ ਆ ਗਈ ਅੱਜ ਚੋਲਾ ਸਾਹਿਬ ਜਾਲ ਨਾ ਤੱਕੋ ਮੇਰੀ ਬੇਨਤੀ ਹੱਥ ਬੰਨ ਮੇਰੀ ਬੇਨਤੀ ਜਾਲ ਨਾ ਤੱਕੋ ਤੇ ਲੰਡਿਆਂ ਦੀ ਟੀਮ ਕਿੱਥੇ ਜੀ ਅਗਲੀਆਂ ਟਾਈਆਂ ਕਰੋ ਸਾਰੇ ਜੇ ਟੀਮਾਂ ਦੇ ਖਿਡਾਰੀ ਸਾਡੇ ਕੋਲੇ ਪਹੁੰਚਣ ਲਾ ਜੀ ਜਿਹੜੀ ਰਹਿੰਦੀ ਸਹਾਇਤਾ ਉਹ ਪੁੱਜੀ ਹੈ ਉਸ ਤਰ੍ਹਾਂ ਦੇ ਜੈਨਰੇਟਰ ਲਈ ਕਿਰਪਾ ਕਰਕੇ ਉਹ ਖਿਡਾਰੀ ਪੁੱਜੇ ਉਹਦੇ ਕੋਲੇ ਪਹੁੰਚਦੀ ਕਰ ਦਿਓ ਜੇ ਕਮੇਟੀ ਮੈਂਬਰ ਕੋਲੇ ਹੈ ਕਿਸੇ ਕੋਲ ਸਾਡਾ ਵੀ ਰਾਜਾ ਕਾਲੀਏ ਵਾਲਾ ਉਹ ਵੀ 500 ਰੁਪਇਆ ਭੇਜਦਾ ਦੂਤਾਂ ਦੇ ਹਿੰਦੂ ਲਈ ਆਓ ਜੀ ਲੰਡੇ ਜੀ ਲੰਡਿਆਂ ਦੀ ਟੀਮ ਆਓ ਜੀ ਲੰਡੇ ਬਾਰ ਬਾਰ ਬੇਨਤੀ ਕਰ ਰਹੇ ਹਾਂ ਲੰਡਿਆਂ ਦੀ ਟੀਮ ਆਓ ਗਰਾਊਂਡ ਵਿੱਚ ਜੀ ਜਲਦੀ ਨਾਲ ਥੋੜੀ ਰਿਪੀਟ ਦੇ ਦਿਓ ਜੀ ਕਬਰਸਾਨ ਸਭ ਜੀ ਆਖਦੇ ਵੀਰ ਗਰਾਊਂਡ ਦੇ ਅੰਦਰ ਆ ਜਾਓ ਕਿਰਪਾ ਕਰਕੇ ਇੱਥੇ ਚੇਅਰ ਲੈ ਲਓ ਅੰਦਰ ਆ ਜਾਓ ਕਿਰਪਾ ਕਰਕੇ ਸਾਡੇ ਵਾਤੀ ਸਰਕਾਰ ਜੋ ਸਰਦਾਰ ਨਾਰ ਸਿੰਘ ਜੀ ਗਿੱਲ ਉਧਰਲੇ ਬੰਨੇ
ने हरजीत कनेडा जी उन्होंने धन्यवाद है। मेरी बेनती है भी मंडिया की टीम आओ नाल ही गुरदीप सिंह जी यूएसए कबड्डी उन्होंने पहला प्राइज दिता है उन्होंने वालों गिंदा सिपा हरजिंदर मनीला जी उन्होंने भी असं धन्यवाद करते उन्होंने वालों दूसरा प्राइज दिता जाना है। आ गई है जी लंडिया की टीम दोवें टीम स्टार्टलैंड से पुज के मैच शुरू करा दो जी। सुखमन मेरी बेनती वीर ग्राउंड आ जाए उधर बंदे इकबाल जी साढ़े अली जी मुसाफर जी पुजे है रोली पाई तो उन्होंने भी धनवाद है। साढ़े वीर नारस जी संधु कनेडा हरजीत कनेडा जी उन्हों का भी धनवाद उन्होंने वे योगदान है। मैच शुरू करा दो जी कृपा करके अगलिया रही टाइया खिडारियों के विचकार कटिया जा चार या चार टीम नहीं पांच टीम मैं लगती है। हाँ जी सिल्वर की टीम बाई के ग्राउंड टाइया कटिया जा जल्दी ना पुजी जाए उस शंकरापुरी जी महाराज उन्होंने पावन पुत्र जगत जो लंगर भी चलिया तो जागला किसी भीर तकड़ा नहीं मैच शुरू करा दो इकबाल जी। चार टीम का एक जरा सा कृपा करके चार टीम का एक ही प्लेयर जरा सा जल्दी ना पुजा भी आओ जी लंडिया की टीम चोले का मैच शुरू कराओ जी जल्दी कृपा करके जल्दी ना मैच शुरू करवा दिता जाए। चोला साहब ते लंडे जी चार टीम जेतू ने चार टीम का एक जो खिलाड़ी है साढ़े कोले पुज जाए राजा ट्रोली पाई उसी का भी असं सत्कार करे जंगलां नहीं तकड़ा कबड्डी के खेल मैदान चोला साहब मुकाबला लंडे नाल जंगले वीर की सैड से चले जाओ कृपा करके वाद वीर ग्राउंड चो बाहर चले जाओ कृपा करके आ जंगले वीर दी उठ के बाहर चलो कृपा करके बाद विच तुहानू कमेटी वाले खाणगे वधिया गल नहीं कृपा करके शुरू कराओ जी कर करके मुकाबला जरा शुरू करवा दिता जाए दो टीम के दरमियान समुची टूरनामेंट कमेटी वालों जिन भी पप्पू सैकड़ी जी स्टेज के उत्ते पुज जाए लाओ मुकाबला शुरू है। चोला साहब की टीम की तरफ पहली जड़ी बड़ी पै चुकी है कबड्डी खेल मैदान में विकी लंडे का आ दिखते सामने आ नौजवाना कहना नथो का जाना लंडे वाला तार कौड़ी का कहना आ सामने कबड्डी के खेल मैदान में अगली जड़ी कबड्डी है लंडे की तरफ कबड्डी के खेल मैदान में रहती हुई देव अरे खूंदी का सर तू कटाएगा कौड़ी पाई तो हूटर पा गया ऐसा नहीं यार जेड़े हुटर के जी की जिम्मेवारी है ध्यान नहीं चलावे हुटर तो पास हो जाओ कृपा करके हुटर तो पिछे हो जाओ सारे भी मूहरे खड़े है कृपा करके पिछे हो जाओ जी हुटर वाले वीर में दिसूगा तो हुटर मारूगा कृपा करके हुटर तो पिछे हो जाओ लाओ सारे शूशक का बाबा आओ देखो तस्वीर कुलदीप सिंह नाम का गबरू कहें भी बाबा का जफा लग गया अपनी टीम लिए बड़ा सोहना पॉइंट जोड़ता हुआ आ भी अजन्ना कह रो पिंड का गोटी दो वीर ने मालक की बड़ी मेहर है इस गबरू पर दो वीर दे मेरे पास खानू बड़ा इज्जत करता तीन खिलाड़ी गुरम लागे कैरों के कौड़ी खेलते हैं तिना में इस खिलाड़ी का नाम है उधरले बने गुरसेव सिंह जी यूएसए बड़े जड़े मान सम्मान इस कबड्डी ओपन पहले दिन उन्होंने नाल साढ़े बाकी सरकार योग वीर जी साढ़े सिपा जी
ਨਾਲ ਅਸੀਂ ਧੰਨਵਾਦ ਕਰਦੇ ਹਾਂ ਸੁਜਿੰਦਰ ਜੀ ਮਡੀਲਾ ਵਾਲੇ ਵੀਰ ਕੋਲ ਨੇ ਮਾਨ ਸਨਮਾਨ ਬਖਸ਼ਣੇ ਹੈ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਉਧਰਲੇ ਬੰਨੇ ਭਾਵੇਂ ਅੱਜ ਨਿਕਾ ਵੀਰ ਜਾਫੀਆਂ ਦੀ ਕਰਾਰ ਵਿੱਚ ਬਹਿ ਜਾਵੇ ਪਾਈ ਜਾਂਦਾ ਦੂਸਰੇ ਬੰਨੇ ਕਬੱਡੀ ਦਾ ਸੁਪਰਸਟਾਰ ਜਿਹੜਾ ਹੈਲੋ ਇੱਕ ਵਾਰੀ ਇਹਨੂੰ ਟਕਾਓ ਜੀ ਫੂਟਰ ਨੂੰ ਬਲਦੇਵ ਸਿੰਘ ਇਸ਼ਾਰਾ ਕਰ ਵੀ ਸਕਦਾ ਨੌਜਵਾਨਾਂ ਠੀਕ ਆ ਜੀ ਪਾ ਵੀ ਨੌਜਵਾਨਾਂ ਕਬੱਡੀ ਸਾਰੀਆਂ ਟੀਮਾਂ ਦੇ ਜੇਤੂਰੀਆਂ ਟੀਮਾਂ ਦੀਆਂ ਖਿਡਾਰੀ ਉਹ ਸਾਡੇ ਗਰਾਊਂਡ ਦੇ ਵਿੱਚ ਜਾਣ ਤਾਂ ਕਿ ਇਸ ਮੈਚ ਤੋਂ ਬਾਅਦ ਅਸੀਂ ਅਗਲੀਆਂ ਟਾਈਆਂ ਕੱਢੀਆਂ ਉਹ ਟੀਮਾਂ ਬਾਅਦ ਕੋਈ ਇਤਰਾਜ਼ ਨਾ ਕਰੇ ਸਾਰੀਆਂ ਟੀਮਾਂ ਦੇ ਨਿਰਪੱਖ ਜਿਹੜੇ ਫੈਸਲੇ ਹੋਣਗੇ ਕਬੱਡੀ ਦੇ ਖੇਡ ਮੈਦਾਨ ਵਿੱਚ ਹੋਣਗੇ ਕਮੇਟੀ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਰਜਿੰਦਰ ਵੈਲੀ ਜੀ ਟਾਈਆਂ ਭਰਾ ਮੇਰੇ ਕਰ ਦਿਓ ਨਹੀਂ ਗਰਾਊਂਡ ਵਿਹਲਾ ਹੋ ਜਾਣਾ ਇੱਕ ਮੈਚ ਦੀ ਜਿਹੜੀ ਲਿਸਟ ਹੈ ਮੇਰੇ ਕੋਲ ਪਹੁੰਚਦੀ ਕਰ ਦਿਓ ਤਾਂ ਕਿ ਆਪਾਂ ਟੀਮਾਂ ਨੂੰ ਸਾਦਾ ਦੇ ਸਕੀਏ ਆਓ ਰਜਿੰਦਰ ਜੀ ਸੋ ਕੀ ਦੀ ਟਾਈ ਨਿਕਲੀ ਹੈ ਪਹਿਲੇ ਮੁਕਾਬਲੇ ਲਈ ਮਾਲਾ ਤੇ ਘੱਲ ਜੀ ਮਾਲਾ ਵਾਰਸ਼ ਘੱਲਾਂ ਦੀ ਟੀਮ ਆਜ਼ਾਦ ਕਬੱਡੀ ਕਲੱਬ ਜੀ ਦੋਵੇਂ ਟੀਮਾਂ ਤਿਆਰੀ ਫੜ ਕੇ ਕਬੱਡੀ ਦੇ ਖੇਡ ਮੈਦਾਨ ਵਿੱਚ ਪੁੱਜਣਗੀਆਂ ਜੀ ਜਲਦੀ ਨਾਲ ਮੇਰੀ ਬੇਨਤੀ ਹੈ ਮਾਲਾ ਵਾਰਸ ਆਜ਼ਾਦ ਕਬੱਡੀ ਕਲੱਬ ਘੱਲ ਜੀ ਜਿਹੜੀ ਟੀਮ ਆ ਮੈਚ ਜਿੱਤਦੀ ਹੈ ਉਹਦਾ ਮੈਚ ਹੋਣਾ ਜੀ ਸੇਲਵਰ ਦੀ ਟੀਮ ਨਾਲ ਮੈਨੂੰ ਲੱਗਦਾ ਵੀ ਅੰਦਗੜ ਦੀ ਟੀਮ ਨੂੰ ਬਾਈ ਮਿਲ ਗਈ ਜਿੰਦਰ ਸਿੰਘ ਏਦਾਂ ਹੀ ਆ ਠੀਕ ਆ ਮਿਹਰਬਾਨੀ ਅਗਲੇ ਮੁਕਾਬਲੇ ਲਈ ਮੈਂ ਬੇਨਤੀ ਕਰਾਂਗਾ ਗਰਾਊਂਡ ਦੇ ਵਿੱਚ ਪੁੱਜਣ ਜੀ ਮੇਰੀ ਬੇਨਤੀ ਪਰਲੇ ਬੰਦੇ ਆ ਕੇ ਵੀਰ ਕੱਲ ਤੇ ਆਓ ਜੀ ਮਾਲੇ ਦੀ ਟੀਮ ਜਿਹੜੇ ਵੀਰਾਂ ਨੇ 1100 ਰੁਪਏ ਦੀ ਮੈਗਸਾ ਦਿੱਤੀ ਹੈ ਉਹ ਵੀਰ ਸਟੇਜ ਤੇ ਜਾ ਕੇ ਆਪਣੀਆਂ ਟਾਫੀਆਂ ਲੈ ਲੈਣ ਮੈਂ ਬੇਨਤੀ ਕਰਦਾ ਜਿਹੜੇ ਵੀਰਾਂ ਨੇ 1100 ਰੁਪਏ ਦੀ ਮੈਗਸਾ ਦਿੱਤੀ ਹੈ ਉਹ ਸਟੇਜ ਤੇ ਜਾ ਕੇ ਆਪਣੀਆਂ ਟਾਫੀਆਂ ਲੈ ਲੈਣ ਔਰ ਜਿਹੜੀ ਟੀਮ ਆ ਮੈਚ ਜਿੱਤਦੀ ਹੈ ਉਹਦਾ ਮੈਚ ਹੋਣਾ ਸਿਲਵਰ ਦੀ ਟੀਮ ਦੇ ਨਾਲ ਭਾਵੇਂ ਜਿੱਤੇ ਲੈ ਭਾਵੇਂ ਤੇ ਚੋਲਾ ਸਾਹਿਬ ਇਹ ਆਪਾਂ ਸਮੇਂ ਦੇ ਹਿਸਾਬ ਨਾਲ ਦੇਖਾਂਗੇ ਵੀ ਕਿਹੜੀ ਟੀਮ ਮੈਚਦੀ ਜੇਤੂ ਹੋਵੇਗੀ ਕੱਲ ਤੇ ਮਾਲ ਦੀ ਟੀਮ ਆਓ ਜੀ ਕੱਲ ਵਰਸੇ ਮਾਲਾ ਜੀ ਕਿਉਂਕਿ ਕੱਲਾਂ ਦੀ ਟੀਮ ਦੇ ਅੱਜ ਮੈਚ ਬਾਅਦ ਤਕੜੇ ਵੇਖਣ ਨੂੰ ਮਿਲਿਆ ਜਿਹੜੀਆਂ ਟੀਮਾਂ ਹੱਟ ਗਈਆਂ ਸਾਰੀਆਂ ਟੀਮਾਂ ਨੇ ਜਿੰਦ ਜਾਨ ਲਾਈ ਇਸ ਕਬੱਡੀ ਦੇ ਮੈਚ ਜਿੱਤ ਨੂੰ ਔਰ ਆਪਾਂ ਸਤਿਕਾਰ ਕਰਾਂਗੇ ਪੁੱਜੀਆਂ ਹੋਈਆਂ ਟੀਮਾਂ ਦਾ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਲਾ ਜੀ ਅੱਜ ਜਿਵੇਂ ਕਬੱਡੀ ਦਾ ਟੂਰਨਾਮੈਂਟ 19 ਅਗਸਤ ਨੂੰ ਇਸ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਵੀ 1 ਤੇ 2 ਜਿਹੜੀ ਸਤੰਬਰ ਹੈ ਉਹ ਫਿਰ ਇਸੇ ਕਬੱਡੀ ਟੂਰਨਾਮੈਂਟ ਦੀ ਹੋਵੇਗੀ ਸਾਡੇ ਵੀਰ ਸਾਮੀ ਸ਼ੰਕਾਪੁਰੀ ਨਾ ਜੋ ਕਮੇਟੀ ਵੱਲੋਂ ਦੂਸਰਾ ਕਬੱਡੀ ਦਾ ਕੱਪ ਹੈ ਕਰਵਾਇਆ ਜਾ ਰਿਹਾ ਹੈ 35,000 ਤੇ 21,000 ਰੁਪਏ ਦੇ ਮਾਨ ਸਨਮਾਨ ਹੋਣਗੇ ਬੜੀ ਓਪਨ ਵਿੱਚ ਖਿਡਾਰੀ ਬਾਹਰ ਦੇ ਖੇਡ ਰਹੇ 62 ਕਿਲੋ ਵਰਗ ਦੇ ਮੈਚ ਕਰਾਏ ਜਾਣਗੇ ਗੋਗੋ ਰੁੜਕੀ ਦਾ ਜਿਹੜਾ ਵਿਸ਼ੇਸ਼ ਸਨਮਾਨ ਹੋਵੇਗਾ ਕਿ ਸੁਖਪੁਰੀਆ ਦੁੱਲਾ ਕੌਡੀ ਬੰਦਾ ਵਿਸ਼ਕੇ ਗੋਗੋ ਰੁੜਕੀ ਦਾ ਬੰਦਾ ਫੜਿਆ ਨਾ ਖਿਸਕੇ ਸੈਦੋ ਦਾ ਨੀਲਾ ਕੌਡੀ ਬੰਦਾ ਇਹ ਦਿਮਾਗ ਨਾਲ ਚੋਲਾ ਸਦਾ ਅਰਸ਼ ਪੈਂਟ ਲੈਂਦਾ ਡਾਂਗ ਨਾਲ ਇੱਕ ਵਾਲੇ ਜੋਰ ਅੱਗੇ ਨੀਆਂ ਨੇ ਆਉਂਦੀ ਹੈ ਵੇਖੋ ਮੇਰੇ ਪੰਜਾਬੀ ਵੀਰੋ ਰੰਗ ਮਿਹਨਤ ਲਿਆਉਂਦੀ ਹੈ ਇਹ ਮਿਹਨਤਾਂ ਜਿਹਨਾਂ ਖਿਡਾਰੀਆਂ ਦੀਆਂ ਮਾਰੀਆਂ ਉਹ ਰੰਗ ਲਿਆਉਂਦੀਆਂ ਨੇ ਕੱਲ ਵੀ ਨੌਜਵਾਨਾਂ ਪੱਗ ਵੱਡੀ ਅਸੀਂ ਸਤਿਕਾਰ ਕਰਦੇ ਹਾਂ ਪੰਜਾਬ ਲਾਈਵ ਨੰਬਰ 1 ਦਾ ਕਹਿੰਦੇ ਵੀ ਪੂਰਾ 500 ਤੋਂ ਵੱਧ ਜਿਹੜਾ ਬੰਦਾ ਹੈ ਕੋਈ ਕੈਨੇਡਾ ਬੈਠਾ ਕਹਿੰਦੇ ਵੀ ਪ੍ਰਵਾਸੀ ਵੀਰ ਕੈਨੇਡਾ ਵਿੱਚ ਵੱਧ ਜਿਹੜੀ ਗਿਣਤੀ ਹੈ ਉਹ ਇਸ ਮੈਚ ਨੂੰ ਤੱਕਦੇ ਹਰਜੀਤ ਕੈਨੇਡਾ ਜੀ ਪਾਲ ਯੂਐਸਏ
सारे वीर इस कबड्डी के नजारे तकते हैं, आप धन्यवाद करते हैं वक् जो प्रमोटर है कबड्डी प्रमोट करने वाली शख्सियत वह भी कबड्डी जुड़िया उधरले इंग्लैंड बैठे वीर भी कर्ण कमाणी वह भी कबड्डी तकते हैं उधरले बने पांड लांडिया की टीम से जुड़ा हुआ उधरले बने पिंडा हांगकांग जी उस वीर का भी बड़ा मान है उसका सपोर्ट कबड्डी के खेल मैदान मोबाइल उपर गली गली कबड्डी कैच करता है दाता ते भगत सूरमा जानते जग रहे दुनिया के लगते वेले लोग ना लेंगे ने आए काका चोला साहब की धरती का अज कि माण वाली गल है बलवासी जी उधरले बने ला पहलवान जी चोला साहब तो आप हीरे खिलाड़ी लैके इतने पुजे है देखो कि दुनिया का महान खिलाड़ी है अज कबड्डी नहीं खेल रहा दर्शक बन के कबड्डी का मैच तकदा क्योंकि उसे भी कबड्डी खेलते हैं ਮਾਲਾ ਤੇ ਕਾਲੇ ਜੀ ਆਜੋ ਜੀ ਮੰਗਲਾ ਆ ਪੈਣਾ ਕਿਉਂਕਿ ਜਿਹੜੀ ਟੀਮ ਆ ਮੈਚ ਖੇਡ ਜਿੱਤਦੀ ਹੈ ਉਹਦਾ ਮੈਚ ਭਰਾ ਰਿਹਾ ਸਿਲਵਰ ਇਹਨਾਂ ਹੋਣਾ ਕਿਉਂਕਿ ਆਪਾਂ ਇਹਨਾਂ ਨੂੰ ਨਹੀਂ ਖੜਾ ਸਕਦੇ ਤੇ ਖੇਡਣਾ ਮੰਗਲਾ ਤੈਨੂੰ ਪੈਣਾ ਮਾਲਾ ਤੇ ਕਾਲੇ ਦੀ ਟੀਮ ਆਵੇ कुछ समा देवे असी माले दे याद कबड्डी क्लब कलां की टीम नूं वध तो वध गुगनी दास मिंट है इन्ना समा असी इंतजार कर सकते हैं उदू बड़ा नहीं क्योंकि चार पांच मिनट ये मैच है पांच मिनट होर देवे कृपा करके ग्राउंड विच टीम पुजण गिया याद कबड्डी क्लब कलां माले की टीम जिहड़ी टीम ते शक पै गया भी टीम रली है गुरवेद जी कहते भी टीम जी कट देनी असी पूरी जी टूरनामेंट कमेटी का फैसला भी पर ला गया टीम रल गई तो टीम जीडिया कट दतिया जा आने वाले जो क्वार्टर मैच होने उस तो बाद सेमी फेर फाइनल पांच टीम चार मैच होने दर्शकों इस तो अगले फाइनल मैच तक आज देख रहे हैं आ गबरू मखण चुले कबड्डी के खेड मैदान में देखने की कोशिश करता पांच लंडिया की टीम के हिस्से जुड़ता होया चल भी करके नाजुना पाक बड़ी उधरले बने अज का दिन यादगारी पैड़ा छड साथी वल बच जाना कल रौनक मिर्जे के दी धरती लगन गिया भी तरीक जी दर्श भी रो बई तरीक है वह संतु वाले दे कबड्डी टूरनामेंट की फिर गल आऊगी बाड़े जवाहर सिंह वाली कटे की पराजय चार प्लेयर बाहर खेडन गए फिर बारी आनी है कहते भी धाना शहीद कबड्डी कप की 41-51,000 रुपया प्राइज है बाद कहते भी बेस्ट याफी वाशरूमियां दिखा जाएगियां गीते कोट न बुल्ट दिता जाएगा सुख सेखमा बुल्ट दिता जाएगा थोड़ी को बना दो जी गबर सुन कृपा करके कुछ समा बाकी है अगलिया टीम का जिन्हें भी मानव शख्सियत इतने हुई सारे का अं धनवाद करते हैं क्योंकि पांच टीम चार मैच होने इस अगले देखने आप कबड्डी के खेल मैदान हेलो बैजो मेरी बेनती है बैजो कृपा करके थले बैजो बेनती मैं करांगा इन्हां सरकार योग वीर जो ग्राउंड विच वीर है कृपा करके थले बैजो ताकि आने जो मैच है शूशक दा बाबा सामने मैं देखदा उधरले बन्ने कमल की खेल है कल ते माले कलां की जिहड़ी टीम इस तो अगले मैच दी है अगले मैच क्वार्टर मैच होने दर्श भी रोड जो टीम पूरी रोपदियां भिड़दियां फिर बोलने का भी स्वाद आओ मैच देखने का भी स्वाद आओ भावे कोई कनेडा बैठा भावे कोई इंग्लैंड बैठा फिर कहूगा वाकई साधु वाले की धरती कबड्डी की टक्कर है वह भी कांटे का टक्कर है 1100 रुपये तो बजी ने मैच सदा दी है मैं पहला भी माइक तो गया अपने समान जन लै लैन मेरे भी जिन्हें 1100 रुपये के
ਮਾਨ ਸਨਮਾਨ ਇਸ ਕਬੱਡੀ ਟੂਰਨਾਮੈਂਟ ਦਿੱਤੇ ਹੈ ਉਹ ਵੀਰ ਆਪੋ ਆਪਣੇ ਮਾਨ ਸਨਮਾਨ ਜਿਹੜੇ ਲੈ ਲੈਣ ਕਬੱਡੀ ਦੇ ਖੇਡ ਮੈਦਾਨ ਵਿੱਚ ਉਹਨਾਂ ਦਾ ਸਨਮਾਨ ਹੋਵੇਗਾ मेरी बेनी जेड़े वीरां दी ग्राउंड विच ड्यूटी नहीं बाहर चले जाओ क्योंकि पिछले इत्थे वीरां नूं बड़ी दिक्कत आंदी है हाथ बन के बेनती अगले जेड़े मैच होने हैं जिन्हां वीरां दी ग्राउंड विच ड्यूटी होनी है उही वीरां नूं असीं ग्राउंड विच रखांगे भावे उह साडे कमेटी वाले वीर होणगे उह अपनियां कुर्सियां मल्लणगे जिथे उहनां दी जगह बनदी उत्थे अपनी जगह मल्लणगे रैफरी पॉइंटां वाला इक पाणी वाला ਇਹਨੇ ਵੀਰ ਜਿਹੜੇ ਗਾਉਣ ਵਿੱਚ ਰਹਿਣਗੇ ਬਾਕੀ ਜਿਹੜੇ ਵੀਰ ਹੈ ਉਹ ਆਪਣੀਆਂ ਜਗ੍ਹਾ ਮੰਨ ਕੇ ਬੈਠਣਗੇ ਮਾਲਾ ਤੇ ਗੱਲ ਆਪਣੇ ਸਮੇਂ ਦੇ ਮੁਤਾਬਕ ਗਾਉਣ ਦੇ ਵਿੱਚ ਜਾਣ ਲੈਟਾਂ ਦੇ ਵੀ ਪ੍ਰਬੰਧ ਹੋ ਚੁੱਕੇ ਆ ਸਮਾਂ ਵੀ ਖੁੱਲ੍ਹਾ ਟੀਮਾਂ ਵੀ ਬਹੁਤ ਤਕੜੀਆਂ ਉਧਰਲੇ ਬਣੇ ਸੀਰਾ ਸ਼ਨੇਲ ਜੀ ਉਹ ਵੀ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਆਪਣੇ ਮਿੱਤਰਾਂ ਨਾਲ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕੁਝ ਸਮਾਂ ਬਾਕੀ ਇਸ ਮੈਚ ਦਾ ਅਸੀਂ ਹੁਣ ਮਾਣ ਸਨਮਾਨ ਦੇਣੇ ਆ ਜਿਹੜੇ ਵੀਰ ਰਹਿੰਦੇ ਆ ਕਿਰਪਾ ਕਰਕੇ ਉਸ ਸਟੇਜ ਦੇ ਕੋਲੇ ਚਲੇ ਜਾਣ ਜਿਹੜੇ ਵੀਰਾਂ ਦੇ ਮਾਣ ਸਨਮਾਨ ਰਹਿੰਦੇ ਆ ਬੇਨਤੀ ਹੈ ਵੀ ਜਿਹੜੇ ਵੀਰਾਂ ਦੇ ਮਾਣ ਸਨ ਸਾਡੇ ਸੁਖਦੇਵ ਸਿੰਘ ਸਰਪੰਚ ਬੈਠੇ ਆ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਜਗਿੰਦਰ ਸਿੰਘ ਜੀ ਸਾਡੇ ਗੁਰਭੇਜ ਸੋਰੀ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਮਿਲ ਜੁਲ ਆਪਣੇ ਪਿੰਡ ਦੇ ਨਾਲ ਇਹ ਕਬੱਡੀ ਦਾ ਵੱਡਾ ਟੂਰਨਾਮੈਂਟ ਕਰਵਾਇਆ ਪਰਮਾਤਮਾ ਕਰੇ ਦੁਗਰੀ ਆ ਚੌਕਣੀ ਉਧਰਲੇ ਬੰਨੇ ਦੇਖਦਾ ਚੱਲ ਚੱਲੀਏ ਨਗਰੇ ਮੇਲੇ ਨਹੀਂ ਮੁੰਡਾ ਤਾਂ ਮੈਂ ਚੱਕ ਲੂੰ ਗੋਦੀ ਚੁੱਕਿਆ ਮੱਖਣ ਨੇ ਪਰ ਮੁਕਾਬਲਾ ਸਮਾਪਤੀ ਵਾਲਾ ਹੈ ਔਰ ਮੈਂ ਬੇਨਤੀ ਕਰਾਂਗਾ ਯਾਦਾ ਸੰਧੂ ਗਰਾਊਂਡ ਦੇ ਵਿੱਚ ਆ ਜਾਵੇ ਇਸ ਐਚ ਦੀ ਜਿਹੜੀ ਜੇਤੂ ਟੀਮ ਹੈ ਚੋਲਾ ਸਾਹਿਬ ਸਾਢੇ 20 ਲੰਡਿਆਂ ਦੇ ਪੁਆਇੰਟ ਨੇ 12 ਲੰਡਿਆਂ ਦੀ ਟੀਮ ਦੇ ਪੁਆਇੰਟ ਨੇ 12 16 ਸਾਡੀ ਟੀਮ ਦਾ ਮੈਚ ਹੈ ਸੇਲ ਪਰੇ ਨਾਲ ਹੀ ਟੀਮਾਂ ਨੋਟ ਕਰ ਲੈਣ ਪਰ ਸਾਡੇ ਬਹੁਤ ਹੀ ਸਰਕਾਰਜੋਗ ਮਨਜੀਤ ਧੰਨਸ਼ ਜਗਦੇਵ ਸਿੰਘ ਦੀ ਕਾਲਾ ਤੇ ਮੋਸੀ ਦੀ ਸਦੇ ਦਿੱਤੇ ਹੈ 31 ਜਿਹੜਾ ਕਬੱਡੀ ਕੱਪ 51 ਤੇ 41 ਦੀ ਜੰਗ ਦੇ ਬਸ ਮਸ਼ੀਨਾਂ ਦਿੱਤੀਆਂ ਜਾਣਗੀਆਂ ਚਾਰ ਪਲੇਅਰ ਬਾਹਰ ਦੇ ਖੇਡਣਗੇ ਔਰ 32 ਟੀਮਾਂ ਬੁੱਕ ਕੀਤੀਆਂ ਖੇਡਣਗੀਆਂ ਯਾਦਾ ਸੰਧੂ ਮੇਰਾ ਵੀਰ ਉਧਰ ਬੰਨੇ ਕੈਲਾ ਫਰੂਜਪੁਰੀਆ ਆਪਣੇ ਕੰਨਾਂ ਨਾਲ ਤਿੰਨ ਬੰਦੇ ਬਿਠਾ ਕੇ ਗਰਾਊਂਡ ਦੇ ਵਿੱਚ ਮੋਟਰਸਾਈਕਲ ਖਿੱਚੇਗਾ ਇਹਦਾ ਵੀ ਤੁਸੀਂ ਮਾਣ ਮਾਣ ਕਰਨਾ ਹੈ ਯਾਦਾ ਸੰਧੂ ਜਿਹੜੇ ਮੇਰੀ ਆਵਾਜ਼ ਨੂੰ ਸੁਣਦਾ ਉਹ ਗਰਾਊਂਡ ਵਿੱਚ ਆਵੇ